Vaheguru Ji Ka Khalsa, Vaheguru Ji Ki Fateh. Welcome to the show today, Reboot Punjab. Today's show is specially dedicated to the seva of Akal Charitable Hospital run by Gulgitar Trust, Barusa. Sangat Ji, Saryanu Thanu Pata Hega, Aas Mahine De Vich, Mei De Ja Jeth De Vich, Asi Manande Hege Prakash Purab Shri Guru Amardas Ji De, Tije Pasha. ਵਧਾਈਆਂ ਸਾਰੀ ਸੰਗਤ ਨੂੰ ਜਿਹੜੇ ਦੇਖਦੇ ਹੈ ਪ੍ਰੋਗਰਾਮ ਲੱਖ ਲੱਖ ਵਧਾਈਆਂ ਰੀਬੂਟ ਪੰਜਾਬ ਵੱਲੋਂ ਤੇ ਕਾਲਕੀ ਟਰਸਟ ਵੱਲੋਂ ਤਾਂ ਸਾਰੀ ਸੰਗਤ ਨੂੰ ਲੱਖ ਲੱਖ ਵਧਾਈਆਂ ਬਿਫੋਰ ਵੀ ਸਟਾਰਟ ਦ ਪ੍ਰੋਗਰਾਮ ਵੀਡ ਲਾਈਕ ਟੂ ਅਕਨੋਲਜ ਆਰ ਹਿਸਟੋਰਿਕ ਡੇਜ਼ ਅਸੀਂ ਸਾਰੇ ਦਿਨ ਦਿਹਾੜਿਆਂ ਨੂੰ ਮਨਾਉਂਦੇ ਹੁੰਦੇ ਹੈਗੇ ਆ ਜਿਹੜੇ ਸਿੱਖ ਕੈਲੰਡਰ ਦੇ ਵਿੱਚ ਹੈਗਾ ਉਹ ਮਹੀਨੇ ਜੇਠ ਦੇ ਵਿੱਚ ਜੋ ਸਾਨੂੰ ਸਿੱਖ ਹੁੰਦੇ ਨਾਤੇ ਪਤਾ ਹੋਣਾ ਚਾਹੀਦਾ ਹੈ ਸੋ ਅਸੀਂ ਯਾਦ ਕਰਨਾ ਚਾਹੁੰਦੇ ਹਾਂ 2 ਜੂਨ ਨੂੰ ਅਸੀਂ ਗੁਰਗੱਦੀ ਸ੍ਰੀ ਗੁਰੂ ਹਰਗੋਬਿੰਦ ਸਾਹਿਬ ਜੀ ਨੂੰ ਮਨਾਉਂਦੇ ਹੈਗੇ ਆ ਛੇਵੇਂ ਪਾਤਸ਼ਾਹ ਸਾਹਿਬ 4 ਜੂਨ ਨੂੰ ਹੈਗਾ ਪੰਜ ਪਿਆਰੇ ਭਾਈ ਭੋਖਮ ਸਿੰਘ ਜੀ ਦਾ ਜਨਮ ਦਿਨ ਤੇ 6 ਜੂਨ ਨੂੰ ਅਸੀਂ ਯਾਦ ਕਰਦੇ ਹੈਗੇ ਆ ਆਪਰੇਸ਼ਨ ਬਲੂ ਸਟਾਰ ਨੂੰ ਜੋ 1984 ਦੇ ਵਿੱਚ ਹੋਇਆ ਸੀਗਾ ਤਾਂ ਅੱਜ 37 ਸਾਲ ਹੈਗੇ ਆ ਉਸ ਨੂੰ ਅਸੀਂ ਮਨਾਉਂਦੇ ਹੈਗੇ ਅੱਜ ਦੇ ਦਿਨ ਮੇਰੇ ਨਾਲ ਹੈਗੇ ਦੋ ਭੈਣ ਜੀ ਭੈਣ ਜੀ ਆ ਦੋ ਸੇਵਾਦਾਰ ਤੁਸੀਂ ਜਿਹੜਾ ਅੱਗੇ ਮਿਲੇ ਹੈਗੇ ਆ ਭੈਣ ਜੀ ਦਲਵਿੰਦਰ ਪਨੈਸਰ ਜੀ ਤੇ ਭੈਣ ਜੀ ਪਾਨਜੀਤ ਭੈਣ ਜੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਵੈਲਕਮ ਟੂ ਦ ਸ਼ੋ ਭੈਣ ਜੀ ਥੈਂਕ ਯੂ ਸੋ ਮਚ ਤੁਸੀਂ ਹਰ ਵੇਲੇ ਸਾਡੇ ਨਾਲ ਸ਼ਾਮਲ ਹੁੰਦੇ ਆ ਇਸ ਸੇਵਾ ਦੇ ਵਿੱਚ ਤਾਂ ਸ਼ਾਮਲ ਹੁੰਦੇ ਹੈਗੇ ਆ ਸੰਗਤ ਜੀ ਮਤਲਬ ਰੀਬੂਟ ਪੰਜਾਬ ਦਾ ਹੈਗਾ ਹੈ ਟੂ ਰੇਜ਼ ਅਵੇਅਰਨੈਸ ਤੁਹਾਨੂੰ ਜਾਣਕਾਰੀ ਅਬਾਊਟ ਦ ਸੇਵਾ ਆਫ ਦ ਕਲਗੀਧਰ ਟਰੱਸਟ ਅਬਾਊਟ ਅਰਾਊਂਡ ਵੁਮੈਨਸ ਇੰਪਾਵਰਮੈਂਟ ਥਰੂ ਟ੍ਰੇਨ ਅ ਟੀਚਰ ਇਨੀਸ਼ੀਟਿਵ ਪਰ ਅਸੀਂ ਉਹ ਵੀ ਜਿਹੜੇ ਹੈਗੇ ਆ ਇੰਪੋਰਟੈਂਟ ਦਿਨ ਦਿਹਾੜੇ ਉਹਨਾਂ ਨੂੰ ਵੀ ਅਸੀਂ ਮਨਾਉਂਦੇ ਹੈਗੇ ਆ ਇਸ ਸ਼ੋਅ ਦੇ ਵਿੱਚ ਅਸੀਂ ਗੱਲ ਕਰਦੇ ਹੈਗੇ ਆ ਤੁਹਾਡੀ ਸੰਗਤ ਨਾਲ ਮਨਾਉਂਦੇ ਹੈਗੇ ਆ ਤਾਂ ਇਹ ਜਿਹੜੇ ਦਿਨ ਦਿਹਾੜੇ ਸੀ ਉਹ ਵੈਰੀ ਵੈਰੀ ਇੰਪੋਰਟੈਂਟ ਆ ਸਿੱਖੀ ਦੇ ਵਿੱਚ ਜਦੋਂ ਉਦੋਂ ਵੀ ਇੰਪੋਰਟੈਂਟ ਸੀ ਤਾਂ ਹੁਣ ਵੀ ਇਸ ਸਾਡੀ ਸਿੱਖੀ ਦੇ ਵਿੱਚ ਹੈਗੇ ਆ ਇੰਪੋਰਟੈਂਟ ਦੇ ਸੋ ਟੈਲੀ ਭੈਣ ਜੀ ਅਸੀਂ ਸ਼ੋਅ ਦੇ ਵਿੱਚ ਹਿਸਟੋਰਿਕ ਇਵੈਂਟ ਦੀ ਗੱਲਾਂ ਕਰਦੇ ਹੋਗੇ ਸਿੱਖੀ ਦੇ ਵਿੱਚ ਵਾਈ ਭੈਣ ਜੀ ਇਜ਼ ਇਟ ਸੋ ਇੰਪੋਰਟੈਂਟ ਕਿ ਅਸੀਂ ਯਾਦ ਕਰਦੇ ਹੈਗੇ ਆ ਆ ਜਿਹੜੇ ਦਿਨ ਦਿਹਾੜੇ ਸਿੱਖ ਕੈਲੰਡਰ ਦੇ ਵਿੱਚ ਤਾਂ ਅੱਜ ਦੇ ਦਿਨ ਵੀ ਹੈਗਾ ਗੁਰਪੁਰਬ ਗੁਰੂ ਅਮਰਦਾਸ ਜੀ ਦਾ ਵਾਈ ਇਜ਼ ਇਟ ਸੋ ਇੰਪੋਰਟੈਂਟ ਭੈਣ ਜੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਹਾਂਜੀ ਭੈਣ ਜੀ ਸੋ ਫਸਟ ਆਫ ਆਲ ਆਈ ਵਾਂਟਡ ਟੂ ਵਿਸ਼ ਲੱਕ ਲੱਕ ਬਦਾਈਆਂ ਫੋਰ ਪ੍ਰਕਾਸ਼ ਪਰਵ ਆਫ ਗੁਰੂ ਅਮਰਦਾਸ ਜੀ ਐਂਡ ਹਾਂਜੀ ਭੈਣ ਜੀ What you've mentioned about our Sikhi and our history, it is really important for us to remember each event that happened in our Sikh history, not only for our own knowledge and learning and growth within Sikhi, but also to reflect on each event that happened and for us to learn how we can reflect of the story within our own lives in modern society, Benji. So it is really important for us because how will Sikhi carry on if we don't learn it, don't take it on, you know, on board each event, each historic event. So it is important, Benji, to carry on Sikhi as well. Thank you, Benji. So Benji, kato asi har vele ahad ਪ੍ਰਕਾਸ਼ ਪੁਰਬ ਤੇ ਜਿੱਦਾਂ ਖਾਸ ਕਰਕੇ ਅੱਜ ਅਸੀਂ ਮਨਾਉਂਦੇ ਹੈਗੇ ਆ ਦਿਨ ਦਿਹਾੜੇ ਸਿੱਖ ਕੈਲੰਡਰ ਦੇ ਵਿੱਚ ਕਾਹਤੋਂ ਸਾਨੂੰ ਮਨਾਉਣਾ ਚਾਹੀਦਾ ਭੈਣ ਜੀ ਥੋੜ੍ਹੀ ਜਿਹੀ ਸੰਗਤ ਦੀ ਤੁਸੀਂ ਦੱਸਿਓ ਜੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਭੈਣ ਜੀ ਭੈਣ ਜੀ ਪਹਿਲਾਂ ਤਾਂ ਵਧਾਈਆਂ ਤੁਹਾਨੂੰ ਤਾਂ ਸੰਗਤ ਨੂੰ ਗੁਰਪੁਰਬ ਦੀਆਂ ਗੁਰੂ ਅਮਰਦਾਸ ਜੀ ਉਹਨਾਂ ਦੀਆਂ ਭੈਣ ਜੀ ਬਹੁਤ ਹੀ ਜ਼ਰੂਰੀ ਹੈਗਾ ਕਿ ਆਪਾਂ ਆਪਣੀ ਹਿਸਟਰੀ ਨੂੰ ਚੇਤੇ ਕਰੀਏ ਯਾਦ ਕਰੀਏ ਤਾਂ ਕਿ ਜਿਹੜੀ ਆਪਣੀ ਇਹ ਕੀ ਡੇਟਸ ਹੈਗੀ ਹੈ ਦਿਨ ਦਿਹਾੜੇ ਹੈਗੇ ਆ ਆਪਾਂ ਜੇ ਆਪਾਂ ਰਿਮੈਂਬਰ ਕਰਾਂਗੇ ਤਾਂ ਹੀ ਆਪਾਂ ਆਪਣੀ ਪਛਾਣ ਲਾਈਵ ਰੱਖਾਂਗੇ ਜੇ ਆਪਾਂ ਇੱਕ ਦੂਜੇ ਨਾਲ ਜਿੱਦਾਂ ਹੁਣ ਆਪਾਂ ਅੱਜ ਗੱਲ ਕਰ ਰਹੇ ਹੈਗੇ ਹਾਂ ਜੇ ਆਪਾਂ ਇਹ ਨਾ ਕਰੀਏ ਆਪਾਂ ਨਾ ਚੇਤੇ ਕਰੀਏ ਫਿਰ ਕਿਨ ਕਰਨੀ ਹੈਗੀ ਆਪਣੀ ਹਿਸਟਰੀ ਚੇਤੇ ਜੇ ਆਪਾਂ ਇਹ ਨਾ ਕਰਾਂਗੇ ਹੈ ਨਾ ਸੋ ਇਟਸ ਰੀਅਲੀ ਰੀਅਲੀ ਇੰਪੋਰਟੈਂਟ ਆਪਣਾ ਲਿੰਕ ਰਹਿੰਦਾ ਆਪਣੀ ਸਟਰੈਂਥ ਰਹਿੰਦੀ ਹੈਗੀ ਆ ਆਪਣਾ ਫੇਥ ਆਪਾਂ ਨੂੰ ਰਿਮਾਈਂਡਰ ਮਿਲਦਾ ਹੈਗਾ ਕਿ ਆਪਣੇ ਗੁਰੂ ਸਾਹਿਬਾਂ ਨੇ ਸਾਡੇ ਲਈ ਕਿੰਨੀਆਂ ਕੁਰਬਾਨੀਆਂ ਕੀਤੀਆਂ ਹੈਗੀਆਂ ਆ ਇਸ ਕਰਕੇ ਬਹੁਤ ਹੀ ਜ਼ਰੂਰੀ ਹੈਗਾ ਕਿ ਆਪਾਂ ਆਪਣੀ ਹਿਸਟਰੀ ਨੂੰ ਚੇਤੇ ਰੱਖੀਏ ਤੇ ਗਾਂ ਆਪਣੇ ਨਿਆਣਿਆਂ ਨੂੰ ਆਪਣੀ ਆਉਣ ਵਾਲੀ ਪੀੜ੍ਹੀ ਨੂੰ ਵੀ ਚੇਤੇ ਕਰਾਈਏ ਜੀ ਭੈਣ ਜੀ
ਤੋ ਸੋ ਆਪਾਂ ਇਸ ਪ੍ਰੋਗਰਾਮ ਦੇ ਵਿੱਚ ਮਨਾਉਂਦੇ ਹੈਗੇ ਦਿਨਾਂ ਨੂੰ ਤਾਂ ਅੱਜ ਦੇ ਦਿਨ ਅਸੀਂ ਖਾਸ ਕਰਕੇ ਸ਼੍ਰੀ ਗੁਰੂ ਅਮਰਦਾਸ ਜੀ ਦੀ ਗੱਲ ਕਰਾਂਗੇ ਹਨਾ ਦੇਅਰ ਇਜ਼ ਅ ਹੋਲ ਹਿਸਟਰੀ ਆਫ ਜੋ ਗੁਰੂ ਅਮਰਦਾਸ ਜੀ ਨੇ ਕੀਤਾ ਸੀਗਾ ਜਿਹੜਾ ਅਸੀਂ ਮਨਾਉਂਦੇ ਹੈਗੇ ਆ ਤਾਂ ਵੀ ਆਫਟਨ ਰਿਫਰ ਟੂ ਗੁਰੂ ਅਮਰਦਾਸ ਜੀ ਐਜ਼ ਅ ਸੋਸ਼ਲ ਰਿਫੋਰਮਰ ਜਦੋਂ ਆਪਾਂ ਗੁਰੂ ਅਮਰਦਾਸ ਦੇ ਸੋਚਦੇ ਹੈਗੇ ਅਸੀਂ ਇਹ ਗੋਇੰਦਵਾਲ ਸਾਹਿਬ ਸੈਟਲਮੈਂਟ ਦੀ ਸਾਨੂੰ ਪਤਾ ਲੱਗਦਾ ਗੋਇੰਦਵਾਲ ਸਾਹਿਬ ਸਾਰੇ ਯਾਦ ਕਰਦੇ ਹੈਗੇ ਆ ਇਹ ਜਿਹੜੀ ਜਗ੍ਹਾ ਇਸਟੈਬਲਿਸ਼ ਹੋਈ ਸੀਗੀ ਜਦੋਂ ਗੁਰੂ ਅੰਗਦ ਦੇਵ ਜੀ ਨੇ ਗੋਂਦੇ ਨੂੰ ਉਹਨੂੰ ਪੁੱਛਿਆ ਸੀਗਾ ਵੀ ਅਸੀਂ ਇਸ ਜਗ੍ਹਾ ਜਗ੍ਹਾ 'ਤੇ ਜਗ੍ਹਾ ਬਣਾਉਣੇ ਚਾਹੁੰਦੇ ਹੈਗੇ ਹਾਂ ਤਾਂ ਉਹਨੇ ਗੁਰੂ ਅਮਰਦਾਸ ਜੀ ਨੂੰ ਦੱਸਿਆ ਸੀ ਵੀ ਤੁਸੀਂ ਇੱਥੇ ਸਿਟੀ ਬਣਾਇਓ ਗੋਂਦੇ ਬਿਆਸ ਦੇ ਲਾਗੇ ਹੈਗਾ ਆ ਤਾਂ ਜਦੋਂ ਅਸੀਂ ਗੁਰੂ ਅਮਰਦਾਸ ਜੀ ਦਾ ਸੋਚਦੇ ਹੈਗੇ ਅਸੀਂ ਹਰ ਵੇਲੇ ਇਹ ਜਗ੍ਹਾ ਨੂੰ ਸਾਨੂੰ ਯਾਦ ਆਉਂਦੀ ਹੈਗੀ ਆ ਤਾਂ ਭੈਣ ਜੀ ਪਰਮਜੀਤ ਭੈਣ ਜੀ ਇਹ ਜਿਹੜੀ ਜਗ੍ਹਾ ਹੈਗੀ ਆ ਇਹ ਕਾਹਤੋਂ ਵੈਰੀ ਇੰਪੋਰਟੈਂਟ ਹੈਗੀ ਆ ਸਿੱਖਾਂ ਨੂੰ ਤਾਂ ਜਦੋਂ ਸਿੱਖ ਉੱਥੇ ਦੇਖਣ ਜਾਂਦੇ ਆ ਤਾਂ ਯਾਤਰਾ ਕਰਨ ਜਾਂਦੇ ਹੈਗੇ ਆ ਹਾਂਜੀ ਭੈਣ ਜੀ, ਭੈਣ ਜੀ ਪਹਿਲਾਂ ਤਾਂ ਮੈਂ ਕਹੂੰਗੀ ਗੁਰੂ ਮਹਾਰਾਜ ਦੀ ਕਿਰਪਾ ਦੇ ਨਾਲ ਹਨਾ ਮੈਨੂੰ ਵੀ ਚਾਂਸ ਮਿਲਿਆ ਗੋਬਿੰਦਵਾਲ ਸਾਹਿਬ ਜਾਣ ਨੂੰ। ਮੈਂ ਆਪਣੇ ਪਰਿਵਾਰ ਦੇ ਨਾਲ ਮੈਂ ਦਰਸ਼ਨ ਕੀਤੇ ਹੈਗੇ ਆ ਬੌਲੀ ਸਾਹਿਬ ਦੇ। ਗੁਰਦੁਆਰਾ ਸਾਹਿਬ ਦੇ ਨਾਲ ਹੀ ਬੌਲੀ ਸਾਹਿਬ ਹੈ, ਉੱਥੇ 84 ਪੌੜੀਆਂ ਹੈਗੀਆਂ ਆ ਜਿਹੜੀਆਂ ਬੌਲੀ ਨੂੰ ਜਾਂਦੀਆਂ। ਤਾਂ ਜਿਹੜੀ ਪਹਿਲੀ ਪੌੜੀ ਹੈਗੀ ਆ ਉਹ ਤੋਂ ਲੈ ਕੇ 84 ਪੌੜੀ ਤੇ ਆਈ ਹਨਾ ਗੁਰੂ ਤੇ ਸੰਗਤਾਂ ਗੁਰੂ ਮਹਾਰਾਜ ਦੇ ਪਾਠ ਜਾਪ ਕਰਦੇ ਨੇ। ਹਰ ਪੌੜੀ ਤੇ ਬਹਿ ਕੇ ਇਹ ਅਰਦਾਸ ਕਰਦੇ ਆ ਕਿ ਗੁਰੂ ਮਹਾਰਾਜ ਇਹਨਾਂ ਪਾਠਾਂ ਦੇ ਜਿਹੜੀ ਵੀ ਉਹਨਾਂ ਦੀ ਅਰਦਾਸ ਹੋਵੇ ਗੁਰੂ ਸਾਹਿਬਾਂ ਦੇ ਚਰਨਾਂ ਦੇ ਵਿੱਚ ਕਰ ਦਿੱਤੀ। ਪਰ ਭਾਵਨਾ ਉਹਨਾਂ ਦੀ ਇਹ ਹੁੰਦੀ ਆ ਉੱਥੇ ਕਿ ਉਹਨਾਂ ਦੀ ਜਿਹੜੀ 84 ਹੋ ਜਾਂਦੀ ਹੈ ਨਾ ਉਹ ਉਹਨਾਂ ਦੀ ਇਕੱਠ ਹੁੰਦੀ ਆ। ਭੈਣ ਜੀ ਇਹ ਬੌਲੀ ਸਾਹਿਬ ਨਾ ਬਹੁਤ ਹੀ ਰੂਹਾਨਾ ਤੇ ਸ਼ਾਂਤਮਈ ਜਗ੍ਹਾ ਹੈਗੀ ਆ। ਜਦੋਂ ਤੁਸੀਂ ਹੈ ਨਾ ਉਹ ਜਿਹੜੀਆਂ 84 ਪੌੜੀਆਂ ਜਿਹੜੀਆਂ ਹੈਗੀਆਂ ਗੁਰੂ ਸਾਹਿਬਾਂ ਦਾ ਪਾਠ ਜਾਪ ਕਰਦੇ ਆ ਉੱਥੇ ਬਹੁਤ ਬਹੁਤ ਸ਼ਾਂਤੀ ਮਿਲਦੀ ਹੈਗੀ ਆ। ਭੈਣ ਜੀ ਅੱਜ ਦੇ ਗੁਰਪੁਰਬ ਤੇ ਇਹਨਾਂ ਚੀਜ਼ਾਂ ਲਈ ਦੱਸਣ ਲਈ ਬਹੁਤ ਮੈਂ ਆਪਣੇ ਆਪ ਨੂੰ ਲੱਕੀ ਸਮਝਦੀ ਹੈਗੀ ਹਾਂ ਕਿ ਮੈਂ ਇਹ ਆਪਣੇ ਨਾਲ ਤੁਹਾਡੇ ਨਾਲ ਸ਼ੇਅਰ ਕਰਦੀ ਹੈਗੀ ਹਾਂ ਹਨਾ। ਆਈ ਫੀਲ ਆਈ ਫਾਈਂਡ ਮਾਈਸੈਲਫ ਵੈਰੀ ਵੈਰੀ ਲੱਕੀ ਬਿਕਾਜ਼ ਆਈਵ ਬੀਨ ਦੇਅਰ। ਤਾਂ ਬੌਲੀ ਸਾਹਿਬ ਦੀ ਇਹ ਮਹੱਤਤਾ ਹੈਗੀ ਆ ਕਿ ਇਕੁਆਲਿਟੀ ਈਕੁਅਲ ਕਿ ਆਪਾਂ ਉੱਥੇ ਸਾਰੇ ਜਾਣੇ ਜਾਂਦੇ ਹੈਗੇ ਹਾਂ, ਉੱਥੇ ਇੱਕੋ ਸਰੋਵਰ ਦੇ ਵਿੱਚ ਆਪਾਂ ਇਸ਼ਨਾਨ ਕਰਦੇ ਹੈਗੇ ਹਾਂ, ਆਪਾਂ ਇੱਕੋ ਹੀ ਪੰਗਤ ਦੇ ਵਿੱਚ ਬਹਿ ਕੇ ਆਪਣਾ ਖਾਣਾ ਛਕਦੇ ਹੈਗੇ ਹਾਂ। ਸੋ ਇੱਕੋ ਹੀ ਮੈਸੇਜ ਹੈਗੀ ਆ ਕਿ ਆਪਣੇ ਵਿੱਚ ਇੱਕ ਊਚ ਨੀਚ ਨਹੀਂ ਹੈਗੀ, ਇਹ ਆਪਣੇ ਮਨਾਂ ਦੇ ਵਿੱਚੋਂ ਆਪਾਂ ਨੂੰ ਕੱਢ ਲੈਣੀ ਚਾਹੀਦੀ ਹੈਗੀ ਆ। ਹਾਂਜੀ ਭੈਣ ਜੀ, ਤਾਂ ਇਹ ਗੁਰੂ ਸਾਹਿਬ ਨੇ ਸਾਨੂੰ ਇਹੀ ਸਿੱਖਿਆ ਦਿੱਤੀ ਸੀ ਵੀ ਅਸੀਂ ਸਾਰੇ ਬਰਾਬਰ ਇੱਕ ਦੂਜੇ ਨਾਲ ਬਰਾਬਰ ਹੈ, ਕੋਈ ਊਚ ਨੀਚ ਹੈ ਨਹੀਂ। ਤਾਂ ਉਸ ਟਾਈਮ ਤੇ ਜਦੋਂ ਇਹ ਬੋਲੀ ਸਾਹਿਬ ਦੀ ਜਗ੍ਹਾ ਬਣੀ ਸੀ ਵੀ ਕੋਈ ਵੀ ਆ ਸਕਦਾ ਆ ਉੱਥੇ ਨਿਸ਼ਾਨ ਕਰ ਸਕਦਾ ਹੈਗਾ ਆ, ਤਾਂ ਕੋਈ ਨਹੀਂ ਪੁੱਛਣਾ ਵੀ ਤੁਹਾਡੀ ਜਾਤ ਕੀ ਆ ਵੀ ਤੁਸੀਂ ਇੱਥੇ ਆ ਨਹੀਂ ਸਕਦੇ। ਸੋ ਭੈਣ ਜੀ ਆਮ ਸੋ ਲੱਕੀ ਟੂ ਹੈਵ ਯੂ ਸ਼ੇਅਰ ਵਿਦ ਦ ਸੰਗਤ ਵੀ ਤੁਸੀਂ ਇਸ ਜਗ੍ਹਾ ਤੇ ਜਾ ਕੇ ਆਏ ਆ, ਤੁਹਾਡੇ ਦਰਸ਼ਨ ਹੋਏ ਹੈਗੇ, ਤੁਸੀਂ ਕਿੰਨੇ ਲੱਕੀ ਹੈਗੇ ਭੈਣ ਜੀ। ਹਾਂਜੀ ਨਾਲੇ ਮੈਂ ਤੁਹਾਡੇ ਨਾਲ ਸ਼ੇਅਰ ਕਰਦੀ, ਸੰਗਤਾਂ ਦੇ ਨਾਲ ਸ਼ੇਅਰ ਕਰਦੀ, ਇਹੀ ਤਾਂ ਆਪਣੀ ਹਿਸਟਰੀ ਹੁੰਦੀ ਹੈਗੀ ਆ। ਜੇ ਆਪਾਂ ਇੱਕ ਦੂਜੇ ਨਾਲ ਸ਼ੇਅਰ ਕਰਾਂਗੇ ਤਾਂ ਹੀ ਆਪਾਂ ਆਪਣੀ ਹਿਸਟਰੀ ਨੂੰ ਲਾਈਵ ਰੱਖਾਂਗੇ ਹਨਾ। ਹਾਂਜੀ ਭੈਣ ਜੀ, ਤਾਂ ਸਾਡੀ ਹੱਦ ਜਿੱਦਾਂ ਤੁਸੀਂ ਸੰਗਤ ਜੀ ਆਪਾਂ ਗੱਲ ਕਰਦੇ ਹੈ ਕਿ ਜਦੋਂ ਅਸੀਂ ਇੱਕ ਦੂਜੇ ਨਾਲ ਇੱਦਾਂ ਗੱਲ ਕਰਦੇ ਹੈਗੇ ਆ, ਪਹਿਲਾਂ ਤਾਂ ਇਹ ਸਾਡੇ ਦਿਮਾਗ ਦੇ ਵਿੱਚ ਇਹ ਗੱਲ ਰਹਿੰਦੀ ਹੈਗੀ ਆ ਜਦੋਂ ਅਸੀਂ ਯਾਦ ਕਰਦੇ ਹੈਗੇ ਵੀ ਇਹ ਜਗ੍ਹਾ ਕਿੱਥੇ ਆ, ਕਾਹਤੋਂ ਬਣਾਈ ਗਈ ਸੀ, ਉੱਥੇ ਕਾਹਤੋਂ ਜਾਣਾ ਚਾਹੀਦਾ ਹੈਗਾ ਆ। ਜਿੱਦਾਂ ਹੁਣ ਭੈਣ ਜੀ ਜਾ ਕੇ ਆਏ ਆ ਤਾਂ ਸੰਗਤ ਨੂੰ ਦੱਸਦੇ ਹੈਗੇ, ਤਾਂ ਇਹ ਸਾਡੇ ਦਿਮਾਗ ਦੇ ਵਿੱਚ ਇਹ ਗੱਲ ਹੋ ਗਈ, ਤਾਂ ਇੱਦਾਂ ਹੀ ਸਾਡੀ ਸਿੱਖੀ ਸਾਡੇ ਮਨ ਦੇ ਵਿੱਚ ਸਟਰੋਂਗ ਰਹਿੰਦੀ ਆ, ਸਖ਼ਤ ਰਹਿੰਦੀ ਹੈਗੀ ਆ। ਸੋ ਭੈਣ ਜੀ ਥੈਂਕ ਯੂ ਫੋਰ ਦੈਟ, ਦੈਟਸ ਜਸਟ ਲਵਲੀ। ਤਾਂ ਭੈਣ ਜੀ ਜਦੋਂ ਤੁਸੀਂ ਕਹੇ ਸੀ ਕਿੰਨਾ ਚਿਰ ਲੱਗਦਾ ਉਹ 84 ਪੂਰੀਆਂ ਉੱਤਰਨ ਵਾਸਤੇ? ਉਹ ਭੈਣ ਜੀ ਲੱਗਦਾ ਤਾਂ ਬਹੁਤ ਟਾਈਮ ਹੈ, ਪਰ ਜਦੋਂ ਤੁਸੀਂ ਤੁਰ ਪੈਂਦੇ ਤੁਹਾਨੂੰ ਟਾਈਮ ਦਾ ਪਤਾ ਨਹੀਂ ਲੱਗਦਾ ਹੈਗਾ ਕਿੱਥੇ ਚਲੇ ਜਾਂਦਾ ਹੈਗਾ ਯਾਰ। ਚਲੇ ਭੈਣ ਜੀ, ਅੱਜ ਦੇ ਦਿਨ ਅਸੀਂ ਗੁਰੂ ਅਮਰਦਾਸ ਜੀ ਨੂੰ ਯਾਦ ਕਰਦੇ ਹੈਗੇ। ਵਾਈ ਵਾਸ ਗੁਰੂ ਅਮਰਦਾਸ ਜੀ ਸੋ ਇੰਪੋਰਟੈਂਟ ਐਂਡ ਸੱਚ ਅ ਐਨ ਆਰਕੀਟੈਕਟ ਫੋਰ ਸਿੱਖੀ?
What did he give us? Tusi Suri ji, Sangat ji, nu tusi dasyo ji. Anji Benji. So obviously reading about Guru Amar Das Ji, there were so many amazing things I read about Guru Amar Das Ji. It's so inspiring. And there's so many things that he's taught us. But there's three things, maybe even four, like harmony, taught us compassion. One of the main things is human equality, women empowerment, selfless service. There's so many things. But and there's one thing that I read which was really nice. It says, when one does service of the Guru, the mind becomes pure and finds refuge in the true home. And that was something they said that Guru Amar Das Ji said. I don't know. It's a quote that I read and I thought that was really nice. Guru Amar Das Ji, obviously the third Sikh Guru, institutionalized the concept of the Lungar system and inspired by the teachings of Guru Nanak Dev Ji. And he taught us that we are all equal in the eyes of Vaiguru and God. We are all equal. And what he did is he amplified the Lungar tradition, and he made it so that everybody, every social status, every caste, everybody would sit together and eat Lungar. And it would be that we are all equal. And that's what he was trying to teach us, that we are all equal. We are all one. And, you know, this is a very important part of our Sikhi is to be equal and be one. And he fought against the caste system and, you know, fought against, you know, people who didn't see that people were equal, regardless of their race, religion or gender. It didn't matter. We are all one. And obviously, Benji, with all these things that Guru Amar Das Ji has taught us about equality and us all treating each other equally, I think what we can do now is learning of these stories and events. We need to see how we can bring that into modern day society. How can we reflect on the teachings of Guru Amar Das Ji? So are we looking within ourselves saying, well, do we treat each other equally? Are we all treating each other equally? You know, are we looking at social status? Are we looking at caste? What are we doing? You know, are we following these teachings? And I think that's something that I personally, you know, I am reflecting on. Am I doing things that Guru Amar Das Ji taught us? And, you know, about women empowerment, looking after women and their equality within our Sikhi as well. And also, are we treating people equally? And that's really important reflection, Benji. So Benji, the Guru Sahib sannu dasde hege, oh shikh sannu dasya hege, ya ve chodo appa jande ya worship karde ha, jo prayers karde ha, we are all equal, ta jodo assi langar chakde ha, udo ve assi sare equal ya barabari, koi uch neech hai nahi, koi assi mande nahi jat paat nu. The Gurujis have given us these instructions, but appa ਜਿੱਦਾਂ ਸੰਗਤ ਹੁੰਦੇ ਹੋਏ ਜਾਂ ਗੁਰੂ ਦੀਆਂ ਫੌਜਾਂ ਹੁੰਦੇ, ਇਹ ਸਾਨੂੰ ਆਪਣੇ ਦਿਲ ਦੇ ਵਿੱਚ ਗੱਲ ਗ੍ਰਹਿਣ ਕਰਨੀ ਚਾਹੀਦੀ ਆ. ਸੋ ਵੀ ਸ਼ੁੱਡ ਲਿਵ ਐਸ ਦ ਗੁਰੂਜ਼ ਟੋਟ ਅਸ ਐਂਡ ਲਿਵ ਐਸ ਬੈਂਜੀ ਐਸ ਯੂ ਸੇ ਇਟਸ ਵੈਰੀ ਗੁੱਡ ਟੂ ਰਿਫਲੈਕਟ ਅਪੋਨ ਵਾਟ ਦ ਗੁਰੂ ਟੀਚਿੰਗਸ ਆਰ. ਤਾਂ ਆਪਾਂ ਅਸੀਂ ਰਹਿੰਦੇ ਹੈਗੇ ਹਾਂ ਜਿੱਦਾਂ ਗੁਰੂ ਜੀ ਨੇ ਸਾਨੂੰ ਦੱਸਿਆ ਹੈਗਾ, ਦੈਨ ਬਾਏ ਦੈਨ ਅਸੀਂ ਇਹ ਮਨ ਦੇ ਵਿੱਚ ਲਿਆਉਂਦੇ ਹੈਗੇ ਹਾਂ ਵੀ ਜਿੱਦਾਂ ਸਾਨੂੰ ਗੁਰੂ ਨੂੰ ਦੱਸਿਆ ਹੈਗਾ. ਸੋ ਭੈਣ ਜੀ, ਆਈ ਥਿੰਕ ਇਟਸ ਰੀਅਲੀ ਰੀਅਲੀ ਇੰਪੋਰਟੈਂਟ. You know what Guru Amar Das Ji has given us. Anji Benji, and obviously, you know, in Lungar, that is one of the main places that you can be, everybody can be equal, and that's what Guru Amar Das Ji was trying to show us. Everybody's going to sit down and eat the same food, everybody's equal, everybody's the same. So we should really take that into our lives now, into our hearts, as you said, Benji, and treat each other equally and treat each other kindly and look after each other. These are the most beautiful teachings that we've been given, and we should, you know, embody them into our daily lives, in our modern lives. Thank you, Benji. Thank you, Benji. So Paramji Benji, the jira Guru Ji Sahib ne sanu jira si hor ki sanu dasya siga jira apa Sangat Ji de naal gal karke jida chitta karna chahida sanu Benji. Benji, Guru Ji unna ne apa nu eh jaatan paatan de vichon kadya hai ga ya. Haanji. Sanu eh shiksha ditti hai ki ya ke hun jadon apa vyah shaadi karni hundi apa hamesha jaat paat dekhde hai ke hai na.
ਤਾਂ ਗੁਰੂ ਜੀ ਸਾਹਿਬਾਂ ਨੇ ਹੈ ਨਾ ਇਹਨਾਂ ਚੀਜ਼ਾਂ ਨੂੰ ਆਪ ਉਹਨਾਂ ਨੇ ਖੰਡਨ ਕੀਤਾ ਹੈ ਕਿ ਜਾਤ ਪਾਤ ਦੇਖਣ ਬਗੈਰ ਆਪਾਂ ਨੂੰ ਹਨਾ ਇੱਕ ਦੂਜੇ ਦੇ ਨਾਲ ਸਾਂਝ ਪਾਉਣੀ ਚਾਹੀਦੀ ਹੈ ਕਿ ਆਪਣਾ ਪ੍ਰੇਮ ਵਧਾਉਣਾ ਚਾਹੀਦਾ ਹੈਗਾ ਆ। ਇਹ ਨਹੀਂ ਹੈਗਾ ਆਪਾਂ ਇੱਕ ਹੀ ਪਰਟੀਕੁਲਰ ਜਾਤ ਦੇ ਵਿੱਚ ਹੀ ਆਪਾਂ ਮੈਰੀ ਕਰਨਾ ਹੈਗਾ ਆ। ਗੁਰੂ ਸਾਹਿਬਾਂ ਨੇ ਨਕਾਰਿਆ ਹੈਗਾ ਇਹ, ਇਟ ਵਾਸ ਅ ਵੈਰੀ ਬਿਗ ਰਿਫੋਰਮ ਫੋਰ ਅਸ। ਆਪਾਂ ਹਨਾ ਉਸ ਟਾਈਮ ਤੇ ਆਪਾਂ ਬਹੁਤ ਵੰਡੇ ਹੋਏ ਸੀਗੇ, ਬਹੁਤ ਡਿਫਰੈਂਟ ਕਾਸਟ ਸੀਗੇ, ਜਥੇ ਸੀਗੇ, ਤਾਂ ਆਪਾਂ ਨੂੰ ਇਕੱਠੇ ਕਰਨ ਵਾਸਤੇ ਗੁਰੂ ਜੀ ਉਹਨਾਂ ਨੇ ਇਹ ਸਟੈਪ ਚੱਕਿਆ ਸੀਗਾ, ਇਹ ਜਾਤਾਂ ਪਾਤਾਂ ਨੂੰ ਇਕੱਠਾ ਕੀਤਾ ਸੀਗਾ। ਜਾਤ ਕੀ ਆਵੇ ਤਾਂ ਭੈਣ ਜੀ ਜਿੱਦਾਂ ਹੁਣ ਬੋਲੀ ਸਾਹਿਬ ਵੀ ਜਿੱਦਾਂ ਕੋਈ ਵੀ ਉੱਥੇ ਆ ਸਕਦਾ ਆ ਤਾਂ ਜਿੱਦਾਂ ਅਸੀਂ ਸਭ ਉੱਥੇ ਜਿੱਦਾਂ ਨਿਸ਼ਾਨ ਕਰ ਸਕਦੇ ਹੈਗੇ ਆ, ਤੁਸੀਂ ਜਾ ਸਕਦੇ, ਇਹ ਨਹੀਂ ਪੁੱਛਣਾ ਤੁਸੀਂ ਕੀ ਹੈਗੇ ਕੀ ਨਹੀਂ ਹੈਗੇ। ਆ ਸਾਰੀਆਂ ਚੀਜ਼ਾਂ ਗੁਰੂ ਸਾਹਿਬ ਨੇ ਸਾਨੂੰ ਦਿੱਤੀਆਂ ਹੈਗੀਆਂ, ਪਰ ਫੇਰ ਵੀ ਜਿੱਦਾਂ ਆਪਾਂ ਮਨ ਬੰਦਾ ਤਾਂ ਬੰਦਾ ਹੀ ਰਹਿੰਦਾ ਹੈ ਨਾ। ਹਾਂਜੀ, ਤਦੇ ਤਾਂ ਗੁਰੂ ਸਾਹਿਬਾਂ ਨੇ ਕਿਹਾ ਕਿ ਆਪਾਂ ਨੂੰ ਜਾਤ ਪਾਤ ਦਾ ਹੰਕਾਰ ਨਹੀਂ ਕਰਨਾ ਚਾਹੀਦਾ ਹੈਗਾ ਜੀ। ਇਹ ਕਹਿੰਦੇ ਕਿ ਇਹਨਾਂ ਚੀਜ਼ਾਂ ਦੇ ਵਿੱਚ ਨਹੀਂ ਫਸੇ ਰਹਿਣਾ ਚਾਹੀਦਾ ਹੈਗਾ ਆ, ਇਹ ਜਿਹੜੇ ਜਾਤ ਪਾਤ ਆ ਹੰਕਾਰ ਤੋਂ ਨਾ ਨਿਕਲਣਾ ਚਾਹੀਦਾ ਹੈਗਾ। ਆਪਾਂ ਮਨੁੱਖਤਾ ਇਕੁਆਲਿਟੀ ਦੇ ਮੈਸੇਜ ਵਿੱਚ ਹੀ ਧਿਆਨ ਆਪਣਾ ਦੇਣਾ ਚਾਹੀਦਾ ਹੈਗਾ ਆ, ਪਰ ਆਪਾਂ ਇਹਨਾਂ ਚੀਜ਼ਾਂ ਨੂੰ ਦਿੰਦੇ ਨਹੀਂ ਹੈਗੇ ਨਾ। ਆਪਾਂ ਨੂੰ ਮੈਸੇਜ ਤਾਂ ਬਹੁਤ ਵਧੀਆ ਗੁਰੂ ਜੀ ਹੁਣੀ ਸਾਨੂੰ ਪੈਰ ਪੈਰ ਤੇ ਦੱਸਿਆ ਹੈਗਾ ਆ, ਆਪਾਂ ਨੂੰ ਸਮਝਣਾ ਚਾਹੀਦਾ ਹੈਗਾ ਆ, ਇਕੁਆਲਿਟੀ ਆਪਾਂ ਨੂੰ ਰੱਖਣੀ ਚਾਹੀਦੀ ਹੈਗੀ ਆ। ਹਾਂਜੀ ਭੈਣ ਜੀ, ਜਿੱਦਾਂ ਤੁਸੀਂ ਕਹਿੰਦੇ ਹੈਗੇ ਵੀ ਗੁਰੂ ਜੀ ਵਾਂਟਸ ਟੂ ਬ੍ਰੇਕ ਦ ਕਾਸਟ ਸਿਸਟਮ, ਇਕੁਆਲਿਟੀ ਹੈਗੀ ਆ, ਕੋਈ ਊਚ ਨੀਚ ਹੈ ਨਹੀਂ, ਐਂਡ ਇਹ ਦੈਟ ਵਾਸ ਦ ਫਾਊਂਡੇਸ਼ਨ ਆਫ ਸਿੱਖੀ, ਐਂਡ ਇਟ ਵਾਸ ਲੇਟਰ ਕੋਡੀਫਾਈਡ ਬਾਈ ਦਸਵੇਂ ਪਾਤਸ਼ਾਹ ਸ੍ਰੀ ਗੁਰੂ ਗੋਬਿੰਦ ਸਿੰਘ ਜੀ। ਸੋ ਯੂ ਨੋ ਈਵਨ ਐਟ ਦਿਸ ਅਰਲੀ ਸਟੇਜ ਵੀ ਹੈਵ ਆਲ ਦੀਸ ਆਰਕੀਟੈਕਟਸ, ਦੀਸ ਗੁਰੂ ਸਾਹਿਬਸ ਹੂ ਆਰ ਪੁਟਿੰਗ ਦੀਸ ਕੋਰਨਰਸਟੋਨਸ ਆਫ ਦ ਫੇਥ ਇਨ ਪਲੇਸ ਪੁੱਠੇ ਕੰਮ ਜਿੱਦਾਂ ਸੋਚਦੇ ਹਾਂ, ਜਿੱਦਾਂ ਗੁਰੂ ਸਾਹਿਬਾਂ ਨੇ ਸਾਨੂੰ ਜਿੱਦਾਂ ਇਹ ਵੀ ਦੱਸਿਆ ਸੀ ਜਿੱਦਾਂ ਵਰਤ ਰੱਖਣਾ ਮਨਾ ਹੈਗਾ ਆ, ਪਰ ਸਾਨੂੰ ਪਤਾ ਹੈਗਾ ਇਹ ਵੀ ਹਲੇ ਹੋ ਰਿਹਾ ਆ, ਜਾ ਕੇ ਜਿੱਥੇ you know, Benji, we've had so many examples, so many teachings that one of the things, Benji, that you see sangat no thoda bala dassi ho jiro jado koi pura hunda si jida aadmi pura ho jave, what did Guru Sahib tell the wives and stop the rituals of the times at the time, Benji? Benji, jadi sati ritual hundi sigi, hanji Guru ji unhone oh abolish kiti sigi hai na, oh ek Hindu ritual hundi sigi, ਗੁਰੂ ਸਾਹਿਬਾਨ ਨੇ ਜਿਹੜੀ ਸਤੀ ਪ੍ਰਤਿਆ ਸੀਗੀ ਉਹਨਾਂ ਨੇ ਉਹ ਹੁੰਦੀ ਸੀਗੀ ਜਦੋਂ ਕਿਸੇ ਦਾ ਪਤੀ ਚੜ੍ਹਾਈ ਕਰ ਜਾਂਦਾ ਹੁੰਦਾ ਸੀਗਾ, ਪਤਨੀ ਨੂੰ ਉਹਨਾਂ ਦੀ ਚਿਤਾ ਦੇ ਉੱਤੇ ਜਿੰਦੀ ਬਹਿਣਾ ਪੈਂਦਾ ਹੁੰਦਾ ਸੀਗਾ। ਗੁਰੂ ਸਾਹਿਬਾਨ ਨੇ ਪੁੱਟ ਅ ਵੈਰੀ ਬਿਗ, ਬਹੁਤ ਵੱਡੀ ਚੇਂਜ ਲਿਆਂਦੀ ਸੋਸਾਇਟੀ ਦੇ ਵਿੱਚ, ਸਾਡਾ ਜੀਵਨ ਕਿੰਨਾ ਸੌਖਾ ਕੀਤਾ ਹਨਾ। ਜਿਹੜੀ ਸਰੀਰਕ ਤਕਲੀਫ ਸੀ ਸਾਨੂੰ ਉਹ ਤੇ ਗੁਜ਼ਰਨਾ ਨਹੀਂ ਹੁਣ ਪੈਂਦਾ ਹੈਗਾ, ਜਿਹੜੀ ਉਹ ਸਤੀ ਨੂੰ ਗੁਜ਼ਰਨਾ ਪੈਂਦਾ ਸੀਗਾ। ਗੁਰੂ ਸਾਹਿਬਾਂ ਨੇ ਇਹ ਅਬੋਲਿਸ਼ ਕੀਤਾ ਸੀਗਾ ਦਾ ਬਾਰਬਾਰਿਕ ਰਿਚੁਅਲ। ਪੰਜੀ ਹਾਂਜੀ ਭੈਣ ਜੀ, ਜੇ ਆਪਾਂ ਸੋਚੀਏ ਜੇ ਬੰਦਾ ਜਿੰਦਾ ਹੋਇਆ ਆਪਣੇ ਆਪ ਨੂੰ ਅੱਗ ਦੇ ਵਿੱਚ ਜਿੱਦਾਂ ਛਾਲ ਮਾਰੇ, ਕਿੰਨਾ ਸਰੀਰ ਨੂੰ ਕਿੰਨਾ ਜ਼ੁਲਮ ਹੈ ਪਹਿਲਾਂ, ਪਰ ਗੁਰੂ ਸਾਹਿਬਾਂ ਨੇ ਸਾਨੂੰ ਇਹ ਤੋਂ ਬਚਾਇਆ, ਉਹਨਾਂ ਨੇ ਮਨਾ ਜਿੱਦਾਂ ਤੁਸੀਂ ਕਹਿੰਦੇ ਭੈਣ ਜੀ ਕਰ ਦਿੱਤਾ ਸੀ ਵੀ ਨਹੀਂ ਅਸੀਂ ਇਹ ਨਹੀਂ ਕਰਨਾ ਚਾਹੀਦਾ ਹਨਾ। ਹਾਂਜੀ, as you said, he was a real social reformer. Particularly for women, and we talk about this so much on our Women's Empowerment Show, of how this was considered to be such an important factor. Hanji. So, Benji, ta jira tusi tharo bala sangat ji nu dasso jira manji thapneya siga jira shuru kita si guru Amar Das ji ne. Hanji Benji. Benji, 22 manjiyan thapiyan si jinan de sikhan de pracharak layi. ਸੋ ਗੁਰੂ ਸਾਹਿਬਾਂ ਨੇ ਉਹਨਾਂ ਨੇ ਗੁਰੂ ਘਰ ਦੀਆਂ ਕਾਰਜ ਲਈ, ਗੁਰੂ ਘਰ ਦੇ ਐਡਮਿਨਿਸਟ੍ਰੇਸ਼ਨ ਲਈ, ਸੰਭਾਲਣ ਲਈ ਉਹਨਾਂ ਨੇ 22 ਮੰਜੀਆਂ ਥਾਪੀਆਂ ਸੀਗੀਆਂ।
ਕਿਉਂਕਿ ਸਿੱਖੀਜ਼ਮ ਸਿੱਖੀ ਪ੍ਰਚਾਰ ਵੱਧ ਰਿਹਾ ਸੀਗਾ ਐਂਡ ਉਹ ਸਾਰੇ ਆਉਂਦੇ ਸੀਗੇ ਦੂਰੋਂ ਦੂਰੋਂ ਚੱਲ ਕੇ ਤਾਂ ਫਿਰ ਇਸ ਕਰਕੇ ਉਹ ਜਦੋਂ ਆਉਂਦੇ ਸੀਗੇ ਉਹ ਗੁਰੂ ਸਾਹਿਬਾਂ ਨੂੰ ਆਪਣੇ ਦੁੱਖ ਪ੍ਰੋਬਲਮਸ ਦਰਦ ਆਪਣੀਆਂ ਸ਼ਿਕਾਇਤਾਂ ਦੱਸਦੇ ਹੁੰਦੇ ਸੀਗੇ ਤਾਂ ਇਸ ਕਾਰਨ ਗੁਰੂ ਸਾਹਿਬਾਂ ਨੇ ਕਿਉਂਕਿ ਦੂਰੋਂ ਚੱਲ ਕੇ ਆਉਣਾ ਪੈਂਦਾ ਹੁੰਦਾ ਸੀਗਾ ਉਹਨਾਂ ਨੇ ਗੁਰੂ ਸਾਹਿਬਾਂ ਨੇ 22 ਮੰਜੀਆਂ ਥਾਪੀਆਂ ਸੀਗੀਆਂ ਜੇ ਕਿਸੇ ਲੋੜਵੰਦ ਨੂੰ ਲੋੜ ਹੁੰਦੀ ਸੀ ਉਹ ਜਿੱਥੇ ਵੀ ਉਹਨਾਂ ਦੀ ਮੰਜੀ ਥਾਪੀ ਹੁੰਦੀ ਹੁੰਦੀ ਸੀਗੀ ਉੱਥੇ ਚਲੇ ਜਾਂਦੇ ਹੁੰਦੇ ਸੀਗੇ ਫਿਰ ਉਹਨਾਂ ਨੂੰ ਦੂਰ ਨਹੀਂ ਆਉਣਾ ਪੈਂਦਾ ਸੀਗਾ ਤਾਂ ਉੱਥੇ ਵੀ ਫਿਰ ਉਹ ਬਹਿ ਕੇ ਜੇ ਕੋਈ ਪ੍ਰੋਬਲਮ ਹੁੰਦੀ ਸੀਗੀ ਉੱਥੇ ਉਹਨਾਂ ਦਾ ਹੱਲ ਕਰਦੇ ਹੁੰਦੇ ਸੀਗੇ ਤਾਂ ਉੱਥੇ ਵੀ ਜਿੱਦਾਂ ਆਪਣਾ ਦਸਵੰਧ ਵੀ ਉੱਥੇ ਜਮ੍ਹਾਂ ਕਰ ਦਿੰਦੇ ਹੁੰਦੇ ਸੀਗੇ ਗੁਰੂ ਸਾਹਿਬਾਂ ਦੇ ਬਚਨ ਵੀ ਪ੍ਰਚਾਰ ਵੀ ਉੱਥੇ ਨਾਲ ਜੋੜਦੇ ਹੁੰਦੇ ਸੀਗੇ ਤਾਂ ਜਿਹੜਾ ਦਸਵੰਧ ਇਕੱਠਾ ਕੀਤਾ ਹੁੰਦਾ ਸੀ ਉੱਥੇ ਉਹਨਾਂ ਦੇ ਨਾਲ ਉਹ ਭਲਾ ਕਰਦੇ ਹੁੰਦੇ ਸੀਗੇ ਤਾਂ ਸਮਾਜ ਦਾ ਤਾਂ ਜਿਹੜਾ ਵੀ ਦਸਵੰਧ ਉਹਨਾਂ ਦਾ ਵਧਿਆ ਹੁੰਦਾ ਸੀਗਾ ਉਹ ਗੁਰੂ ਦੀ ਗੋਲਕ ਦੇ ਵਿੱਚ ਪਾ ਦਿੰਦੇ ਹੁੰਦੇ ਸੀਗੇ ਸੋ ਬੇਸਿਕਲੀ ਭੈਣ ਜੀ ਬਾਬਾ ਗੁਰੂ ਜੀ ਉਹਨਾਂ ਨੇ ਇਹ ਜਿਹੜੀਆਂ ਮੰਜੀਆਂ ਥਾਪੀਆਂ ਸੀਗੀਆਂ ਜਿੱਥੇ ਵੀ ਕੋਈ ਲੋੜਵੰਦ ਹੁੰਦਾ ਸੀਗਾ ਉਹਨਾਂ ਦੀ ਮਦਦ ਕਰਨ ਲਈ ਸੀਗੇ ਆਪਣੀ ਸਿੱਖੀ ਵਧਾਉਣ ਵਾਸਤੇ ਸੀਗੀ ਪ੍ਰਚਾਰ ਕਰਨ ਵਾਸਤੇ ਸੀਗੀ ਨਾਲ ਭੈਣ ਜੀ ਨਾਲੇ ਇਹ ਇੱਕ ਇਹ ਵੀ ਆਪਾਂ ਦੇਖੇ ਹੋਵੇ ਗੁਰੂ ਜੀ ਨੇ ਇਹ ਨਹੀਂ ਸੀ ਵੀ ਸਿਰਫ ਬੰਦੇ ਕਰਦੇ ਸੀ ਬੁੜੀਆਂ ਨੂੰ ਵੀ ਇਹ ਹਾਂਜੀ ਰਿਸਪੋਂਸਿਬਿਲਿਟੀ ਦਿੱਤੀ ਗਈ ਸੀ ਫਿਰ ਦੋਵੇਂ ਜਣੇ ਅਗੇਨ ਭੈਣ ਜੀ ਵੀ ਟੋਕ ਅਬਾਊਟ ਵੁਮੈਨਸ ਇੰਪਾਵਰਮੈਂਟ ਐਂਡ ਇਕੁਆਲਿਟੀ ਸੋ ਅਗੇਨ ਸਾਨੂੰ ਇਹ ਵੀ ਸਾਨੂੰ ਪਤਾ ਲੱਗਦਾ ਗੁਰੂ ਸਾਹਿਬਾਂ ਨੇ ਸਾਨੂੰ ਕਿੰਨਾ ਕਿੰਨਾ ਅੱਗੇ ਦਾ ਸੋਚਿਆ ਸੀਗਾ ਕਿੰਨਾ ਸਾਡੀ ਲਾਈਫ ਜਿੱਦਾਂ ਸੰਗਤੀ ਸਿਧਾਰਨ ਨੇ ਚਾਹੁੰਦੇ ਸੀਗੇ ਵੀ ਸਤੀ ਮਨਾ ਕੀਤਾ ਸੀਗਾ ਜਦੋਂ ਮੰਜੀਆਂ ਥਾਪੀਆਂ ਦੱਸੇ ਸੀ ਵੀ ਬਹੁਤ ਸੰਗਤ ਸਿੰਘਣੀਆਂ ਨੇ ਰਿਸਪੋਂਸਿਬਿਲਿਟੀ ਦਿੱਤੀ ਸੀ ਤਾਂ ਜਦੋਂ ਜਿੱਦਾਂ ਆਪਾਂ ਗੁਰਦੁਆਰੇ ਨੂੰ ਜਾਣਾ ਇਕੱਠੇ ਹੋ ਕੇ ਅਸੀਂ ਜਿੱਦਾਂ ਪ੍ਰੇਸ ਕਰਨੀ ਹੈਗੀ ਤਾਂ ਇਕੱਠੇ ਹੋ ਕੇ ਅਸੀਂ ਲੰਗਰ ਬਹਿ ਕੇ ਛਕਣਾ ਹੈਗਾ ਸੋ ਭੈਣ ਜੀ ਜਿੱਦਾਂ ਹਰ ਵੇਲੇ ਜਦੋਂ ਆਪਾਂ ਆਹ ਜਿੱਦਾਂ ਪ੍ਰੋਗਰਾਮਾਂ ਤੇ ਆਹ ਗੱਲਾਂ ਕਰਦੇ ਹੋਗੇ ਜਿਹੜੇ ਗੁਰੂਆਂ ਨੇ ਸਾਨੂੰ ਦਿੱਤੀ ਸੀ ਸ਼ਿਕਸ਼ਾ ਜਾਂ ਸਾਨੂੰ ਰਿਸਪੋਂਸਿਬਿਲਿਟੀ ਸਿੱਖੀ ਜੇ ਆਪਾਂ ਇਹ ਲੜ ਫੜ ਲਈਏ ਤਾਂ ਫਿਰ ਬੰਦ ਸੰਗਤ ਹਨਾ ਤਰ ਜਾਵੇ ਪਰ ਜਿੱਦਾਂ ਹਲੇ ਵੀ ਅਸੀਂ ਜਾਤਾਂ ਪਾਤਾਂ ਨੂੰ ਮੰਨਦੇ ਹੈਗੇ ਆ ਤਾਂ ਹਲੇ ਵੀ ਅਸੀਂ ਉਧਰਲੇ ਪਾਸੇ ਨੂੰ ਨੀ ਹਲੇ ਬਾਹਲਾ ਲੱਗਿਆ Again, we can see through history, Guru Amar Das Ji had such a profound influence and shaped Sikhi to how we know it today. ਹਾਂਜੀ ਭੈਣ ਜੀ ਇਸ ਕਰਕੇ ਤਾਂ ਜ਼ਰੂਰੀ ਹੈਗਾ ਕਿ ਆਪਾਂ ਆਪਣੀ ਸਿੱਖੀ ਬਾਰੇ ਗੱਲ ਕਰੀਏ ਜਿੱਦਾਂ ਹੁਣ ਆਪਾਂ ਅੱਜ ਕਰ ਰਹੇ ਹੈਗੇ ਆਪਾਂ ਕਰਾਂਗੇ ਆਪਾਂ ਲਰਨ ਕਰਾਂਗੇ ਕੁਛ ਐਂਡ ਆਈ ਐਮ ਲਰਨਿੰਗ ਅ ਲੋਟ ਟੁਡੇ ਭੈਣ ਜੀ ਹਾਂਜੀ ਭੈਣ ਜੀ ਜਦੋਂ ਹੁਣ ਆਪਾਂ ਬੈਠ ਕੇ ਇੱਦਾਂ ਗੱਲ ਕਰਦੇ ਹੈਗੇ ਆ ਤਾਂ ਸਾਡੀ ਆਪਣੀ ਵੀ ਜਿੱਦਾਂ ਸਿੱਖ ਅਸੀਂ ਵੀ ਸਿੱਖਦੇ ਹੈਗੇ ਸਾਨੂੰ ਵੀ ਹਾਂਜੀ ਜਦੋਂ ਪ੍ਰੋਗਰਾਮ ਬਣਾਉਂਦੇ ਹੈਗੇ ਆ ਕੋਸ਼ਿਸ਼ ਕਰਦੇ ਹੁੰਦੇ ਸਾਨੂੰ ਵੀ ਬੈਠ ਕੇ ਅਸੀਂ ਵੀ ਸੋਚਦੇ ਵੀ ਆ ਸਾਨੂੰ ਪਤਾ ਹੋਣਾ ਚਾਹੀਦਾ ਤਾਂ ਮੈਂ ਆਪਣੇ ਮਨ ਤੇ ਕੋਈ ਝੂਠ ਦਾ ਬੋਲਣਾ ਨਹੀਂ ਪਤਾ ਹਾਂਜੀ ਭੈਣ ਜੀ ਜਿੱਦਾਂ ਇਹ ਸੇਵਾ ਦੇ ਨਾਲ ਸਾਨੂੰ ਸਾਰਿਆਂ ਨੂੰ ਹਨਾ ਸੇਵਾ ਦੇ ਵਿੱਚ ਆਹ ਫਲ ਮਿਲਦਾ ਹੈਗਾ ਆ ਨਾਲੋ ਨਾਲ ਅਸੀਂ ਵੀ ਸਿੱਖਦੇ ਹੈਗੇ ਨਾਲ ਅਸੀਂ ਸੰਗਤ ਜੀ ਨੂੰ ਵੀ ਸਾਡੇ ਨਾਲ ਲੈ ਕੇ ਜਾ ਕੇ ਉਹਨਾਂ ਨੂੰ ਵੀ ਦੱਸਦੇ ਹੈਗੇ ਹਾਂਜੀ ਭੈਣ ਜੀ ਕਿੰਨਾ ਗਿਆਨ ਮਿਲਦਾ ਆਪਾਂ ਨੂੰ ਇੱਕ ਦੂਜੇ ਨਾਲ ਗੱਲ ਕਰਕੇ ਹਨਾ ਹਾਂਜੀ ਭੈਣ ਜੀ ਐਂਡ ਭੈਣ ਜੀ ਦੈਟਸ ਹਾਊ ਸਿੱਖੀ ਸਟੇਜ਼ ਅਲਾਈਵ ਜੇ ਆਪਾਂ ਗੱਲ ਕਰਾਂਗੇ ਆਪਾਂ ਕਨਵਰਸੇਸ਼ਨ ਨੂੰ ਅੱਗੇ ਨੂੰ ਲੈ ਕੇ ਜਾਵਾਂਗੇ ਜਿਹੜੇ ਜਿਹਨਾਂ ਨੂੰ ਨਹੀਂ ਪਤਾ ਹੈਗਾ ਉਹ ਵੀ ਸੋਚਦੇ ਹੋਣ ਵੀ ਕਿੱਦਾਂ ਮੈਂ ਸਿੱਖਾਂ ਕਿੱਦਾਂ ਮੈਨੂੰ ਪਤਾ ਲੱਗੂਗਾ ਵੀ ਮੇਰੀ ਫੇਥ ਦਾ ਤਾਂ ਜਦੋਂ ਆਪਾਂ ਦੱਸਦੇ ਹੈਗੇ ਆ ਤਾਂ ਉਹਨਾਂ ਨੂੰ ਦੇ ਕੈਨ ਡਰੋ ਸੋਰਟ ਆਫ ਯੂ ਨੋ ਗਿਆਨ ਫਰਮ ਦਿਸ ਹਾਂਜੀ ਜੀ ਦਿਸ ਇਜ਼ ਆ ਜਿੱਦਾਂ ਦਸਵਾਂ ਦੇ ਟਾਈਮ ਦੱਸ ਯੂ ਨੋ ਵੀ ਨੀਡ ਟੂ ਗਿਵ ਆਰ ਟਾਈਮ ਟੂ ਹੈਲਪ ਦ ਫੇਥ ਸਟੇ ਸਟਰੋਂਗ ਤਾਂ ਜਿੱਦਾਂ ਭੈਣ ਜੀ ਅੱਜ ਤੁਸੀਂ ਬਿਲਕੁਲ ਤੁਸੀਂ ਕਿਹਾ ਹੈਗਾ ਅਸੀਂ ਵੀ ਸਿੱਖਦੇ ਹੈਗੇ ਆ ਸੇਵਾਦਾਰ ਹਾਂਜੀ ਭੈਣ ਜੀ So Sangat Ji, we need to stay connected to our history. It's important for us to ensure our history gets passed from one generation to the next. Je appa gal karange te fir aan wali peedh nu appa dass sakde hage to unna nu vi pata rahega oh vi yaad karunge. So there is a real relevance of these events today that we need to reflect upon and we need to keep alive by remembering them. Je appa yaad karange then we get an opportunity to reflect upon it ਅਸੀਂ ਵੀ ਸੋਚਦੇ ਜਦੋਂ ਯਾਦ ਕਰਦੇ ਹੈਗੇ ਆ ਐਂਡ ਵੀ ਕੈਨ ਪਾਸ ਦਿਸ ਔਨ ਟੂ ਦ ਫਿਊਚਰ ਜਨਰੇਸ਼ਨਸ ਸੋ ਗੁਰੂ ਜੀ ਗੇਵ ਅਸ ਇਕੁਆਲਿਟੀ ਸੰਗਤ ਐਂਡ ਪੰਗਤ ਸੇਵਾ ਐਂਡ ਸਿਮਰਨ
He was responsible for so much social reform and he organized preaching for us. Based on Guru Amar Das Ji's teachings, we have seen the Sangat and Guru Ki Forja around the world doing seva and serving langar. During the pandemic, Sikhs around the world have come forward providing essential medical help, supplies, looking after the needy in the form of oxygen langar and japani for all. Sangat Ji, Appa Jad Kariya Guru Nanak Ji's three founding principles, Naam Japo, Kirt Karo, Vand Ke Shako na matlab hega vijera apna dasma hissa hega ya apa od svand vele deye to those who are less fortunate. All of these things are essential. Tusi ek cheez nahi kar sakde dujiyan to bagair. Eh sare tinne cheezan sanu karniya chahidiyan ya. Eh guru da hukm hega. Vand Ke Shako, Guruji tells us to look after those who are less fortunate than us. Je thade ko ghar hega ya, thade ko roof above your head, thade ko saaf paani hega ya peen vaste, thade frijjan de vich khaan le hega ya, thade ko manja hega son vaste, then we are fortunate. Now think about those people who don't have those things. Vand Ke Shako is Guruji's hukam to care, to provide and feed those in need. Sangat Ji, COVID situation te jada India de vich ho reya ya thanu sara pata hai ve tusi sariya programan te tusi dekhte hega ki utthe ho reya kinna haal chaal utthe bahut bigad gaya hega ya. So things are getting worse. So now reporta aa rahi ya khabra ve utthe 300,000 10 lakh loki mar chuke hege ya. The 26 million COVID cases hage ta hun ਹਲੇ ਵੀ ਇਹ ਨੰਬਰ ਜਿਹੜੇ ਹੈਗੇ ਆ ਉੱਤੇ ਨੂੰ ਜਾ ਰਹੇ ਆ ਤਾਂ ਸਾਨੂੰ ਇਹ ਵੀ ਪਤਾ ਹੈਗਾ ਆ ਵੀ ਸ਼ਾਇਦ ਇਹ ਪੂਰੀ ਤੇ ਸੱਚੇ ਨਹੀਂ ਹੋ ਕੇ ਇਹਦਾ ਤੋਂ ਵੱਧ ਵੱਧਾ ਕੰਮ ਹੋ ਸਕਦਾ ਹੈ ਸੋ ਵਿਦਆਊਟ ਕੋਆਰਡੀਨੇਟਿਡ ਐਫਰਟ ਸੰਗਤ ਜੀ ਵੀ ਦੇਰ ਇਜ਼ ਨੋ ਵੇ ਆਫ ਸਟੋਪਿੰਗ ਦਿਸ ਸਾਨੂੰ ਇਹ ਵੀ ਪਤਾ ਹੈ ਐਟ ਦ ਮੋਮੈਂਟ ਇੰਡੀਆ ਦੇ ਵਿੱਚ ਦੇਰ ਇਜ਼ ਨੋ ਕੋਆਰਡੀਨੇਟਿਡ ਐਫਰਟ ਬਾਈ ਦ ਗਵਰਨਮੈਂਟ ਟੂ ਹੈਲਪ ਅਵੇਲ ਦੀਸ ਸਿਚੁਏਸ਼ਨ ਸੋ And we also know that these numbers may not be accurate. So today's Vand Ke Shako is telling us to focus on the COVID situation in India. Sangat Ji, as you know, the Kalgitar Trust helps run the Akal Charitable Trust Hospital at Barusab, and they provide healthcare to COVID patients in Himachal Pradesh. So Dali Benji, ਤੁਸੀਂ ਸੰਗਤ ਨੂੰ ਥੋੜਾ ਬਾਲਾ ਦੱਸੋ ਅਕਾਲ ਹਸਪੀਟਲ ਦੇ ਜਿਹੜਾ ਉਹ ਕੰਮ ਕਰ ਰਹੇ ਹੈਗੇ ਆ ਐਂਡ ਹਾਊ ਦ ਸੰਗਤ ਕੈਨ ਹੈਲਪ ਵਿਦ ਦਿਸ ਮਚ ਨੀਡਿਡ ਸੇਵਾ ਪਾਰਟਿਕੂਲਰਲੀ ਇਨ ਦਿਸ ਟਾਈਮ ਆਫ ਕੋਵਿਡ ਹਾਂਜੀ ਬੈਂਜੀ ਸੋ ਐਸ ਵੀ ਨੋ ਦੈਟ ਦ ਕੋਵਿਡ ਸਿਚੁਏਸ਼ਨ ਇਨ ਇੰਡੀਆ ਇਜ਼ ਰੀਲੀ ਸਟਿਲ ਕੁਆਈਟ ਬੈਡ ਐਟ ਦ ਮੋਮੈਂਟ ਐਂਡ ਅਕਾਲ ਹਸਪੀਟਲ ਇਜ਼ ਅ ਚੈਰੀਟੇਬਲ ਹਸਪੀਟਲ ਸੈਟ ਅਪ ਬਾਈ ਦ ਕਲਕੀਤਾ ਟਰਸਟ ਐਂਡ ਇਟਸ ਅ 300 ਬੈਡ ਹਸਪੀਟਲ ਐਂਡ ਇਟ ਸਰਵਸ around 5,000 people in the area, but it actually is sort of like 60 kilometers wide as well, so it's literally quite a lot of people. Generally there's about 39,000 underprivileged patients that attend that hospital for primary health care and emergencies, and the facilities there right now include like cardiology, dentistry, ear, nose and throat, ophthalmology. So it's a charitable hospital, so no patients are charged for any of their treatment and the facilities, and they have the medical staff to look after the patients. But obviously just wanted to let you know how that hospital started as well. So it literally started as a small eye hospital, which slowly expanded over time, and now it's expanded to all these amazing facilities, which is incredible. But obviously now it with the COVID situation, it's become a government dedicated COVID center, which was mentioned by the district magistrate for the people around that area to help with the COVID situation. And we've already seen like the Sangat have donated quite a lot already to the hospital. So PPE equipment, oxygen cylinders, oxygen concentrators. 100%. So the recent update is that right now the
the current bed situation. There's a little bit of a bed crisis there at the moment. Initially, there were 100 beds for the COVID patients, but because how quickly patients are coming in with COVID, they've had to increase that now to 700 beds. And what they've had to do is expand that and go into the nursing quarters and go into the building, different buildings to create those beds. So that's the difficulty that the Argyle Charitable Hospital is having at the moment. So they've urgently needed to expand from 300 to like 700 beds, which is, you know, it's quite a lot, Benji. But also now the hospital requires hospital beds now as well. This is all to help patients there who have COVID right now. And those hospital beds cost about £250. But recently as well, there's a truck that carries the oxygen cylinders from Chandigarh to Borisov and back and forth. But that had broken down as well. And so the trust had to buy a new truck to ensure that the patients were receiving the oxygen. So thank you to all the Sangha that helped pay for that. And if you can still donate, that would be great. But you know, everybody's contributions are really important now. This is a really scary time at the moment. Just talking about the hospital needs so much still to save patients' lives. So they still require PPE equipment, oxygen cylinders, oxygen concentrations, masks. They need so much. And these, you know, oxygen cylinder costs like £250, oxygen concentrate is like £500, PPE equipment that £25. Because let's not forget that medical staff need the correct equipment as well to save patients' lives, Benji. So this is a huge crisis right now. And you know, it's to urge the Sangha to please help right now, save patients in India, save patients with COVID. There's so much that is needed and we can do so much from here right now, Benji. So Benji, ਸਾਨੂੰ ਪਤਾ ਹੈਗਾ ਆ ਜਿੱਦਾਂ ਤੁਸੀਂ ਕਿਹਾ ਆ ਵੀ ਆਸ ਚੈਰੀਟੇਬਲ ਹਸਪੀਟਲ ਹੈਗੀ ਆ ਜਿਹੜਾ ਕੋਈ ਨਹੀਂ ਖਰਚਾ ਹੈਗਾ ਜਦੋਂ ਪੇਸ਼ੈਂਟ ਉੱਥੇ ਜਾਂਦੇ ਹੈਗੇ ਆ ਕੰਪਲੀਟਲੀ ਫ੍ਰੀ ਹੈਗਾ ਆ ਪੇਸ਼ੈਂਟ ਵਾਸਤੇ ਤਾਂ ਇੱਕ ਤਾਂ ਜਿਹੜਾ ਹੈਗਾ ਆ ਤੁਸੀਂ ਆਪਣੇ ਘਰ ਵਾਲੇ ਨੂੰ ਜੇ ਤੁਸੀਂ ਤੁਹਾਡਾ ਪੇਸ਼ੈਂਟ ਕੋਵਿਡ ਦੇ ਸਫ਼ਰ ਕਰਦਾ ਹੈਗਾ ਤੁਸੀਂ ਜੇ ਉਹਦੇ ਨਾਲ ਜਾਓਗੇ ਹੋਸਪਿਟਲ ਨੂੰ ਤਾਂ ਇਹ ਵੀ ਸਾਨੂੰ ਪਤਾ ਹੈਗਾ ਆ ਅਕਾਲ ਹੋਸਪਿਟਲ ਖਾਣਾ ਤਾਂ ਟ੍ਰੀਟਮੈਂਟ ਜਿਹੜਾ ਪੇਸ਼ੈਂਟ ਨੂੰ ਵੀ ਦਿੰਦੇ ਆ ਤਾਂ ਜਿਹਨਾਂ ਨਾਲ ਫੈਮਿਲੀ ਮੈਂਬਰ ਆਇਆ ਹੋਊਗਾ ਉਹਨਾਂ ਵਾਸਤੇ ਜਦ ਤਾਂ ਇਹ ਬਿਮਾਰੀ ਜਾਂਦੀ ਨਹੀਂ ਸੋ ਪੈਂਜੀ ਦੇਰ ਅ ਲੋਟ ਦੈਟ ਦ ਅਕਾਲ ਚੈਰੀਟੇਬਲ ਟਰੱਸਟ ਇਜ਼ ਡੂਇੰਗ ਤਾਂ ਸੰਗਤ ਨੂੰ ਤੁਸੀਂ ਕੀ ਕਹਿਣਾ ਚਾਹੁੰਦੇ ਆ ਬੇਨਤੀ ਵਾਸਤੇ Hundred Benji, there is so much you can do, and obviously yes, Benji, you mentioned, you know, I've forgotten to mention medication, langar, as you said, langar costs about £200 for a month for a patient. That's important too. You know, they have to get better. So all these things are vitally important, and there is so much we can do. We're in a digital world right now, so you know, it just takes a few seconds to send money across, and that money can help save a patient's life. And Benji, with my this one, what I wanted to do, I set up a walk. So I decided to do a 100-mile walk to help and to raise money for a Argyle Charitable Hospital. So I did that over 28 days and raised a substantial amount. And thank you to all the Sangha that donated. Thank you so much. And you know, we can do all these tiny things from the UK. So we are sitting here looking at all the you know, news events and everything that's going on. But we can still do so much from the UK. There is still, you can start a fundraising event, set up a Just Giving page, you can do a walk, you can do a run, you can set up something with your family, your friends. You can do so much. You can donate to the trust directly, and I know the details are coming on the screen. And there is so much you can do to help patients right now at Argyle Hospital and help the patients there, because without our help, how are they going to get through this situation? You know, COVID isn't just a UK thing or any country thing. It's a whole worldwide thing happening right now. So we have to work together as a family to help each other. And, you know, the medical staff there, they cannot do their job if they don't have these correct medical equipment. So if they don't have the oxygen concentrators or the masks or the cylinders, which they need to get from, as we said, Chandigarh, and they need
the transport to get there, and the beds, they need the beds to provide for the patients. So there's all these little things. And as we said, nobody gets charged at the hospital. So I would urge the Sangha, please, please donate if you can. Just a few pounds, even a few pounds, you are saving somebody's life. You know, that's a huge, you know, honourable thing to do. You know, we never know when we're ever going to be in a situation like that, don't you? Thank you, Benji. But a girl charitable hospital, for doing this 100-mile walk and taking this on. Benji, you're a true, you know, representation, an example of what seva can look like. And the Sangha is doing so much out there, but we still need more help. And all of this help is going to this hospital, who are helping the Sangha there and the patients. So Sangaji Benti Hegia Kalyampuni Unakushwana Sadi this one din ale sarakam chalaria hegaya. So the details are on the screen. Please apna the swan deo benti hegia sangaji apa soch dea ve unan sadanuni hunda asi ethe uthe uthe ta sade pan pra marre hegia ta asi guru da hukm ni mande. Panji Panji, why is this seva so important? Why is it not just India's problem, this COVID scenario, Panji? ਹਾਂਜੀ ਭੈਣ ਜੀ, ਭੈਣ ਜੀ ਸੇਵਾ ਬਹੁਤ ਜ਼ਰੂਰੀ ਹੈਗਾ ਆ ਕਿ ਜਿੱਦਾਂ ਤੁਸੀਂ ਹੁਣ ਪਹਿਲਾਂ ਵੀ ਦੱਸਿਆ ਹੈਗਾ ਕਿ ਆਪਣੇ ਜਿਹੜੇ ਥ੍ਰੀ ਪ੍ਰਿੰਸੀਪਲਸ ਹੈਗੇ ਆ, ਨਾਮ ਜਪਣਾ, ਕਿਰਤ ਕਰਨਾ ਤਾਂ ਵੰਡ ਛਕਣਾ, ਕਿ ਜ਼ਰੂਰੀ ਹੈਗਾ ਕਿ ਆਪਣਾ ਦਸਵਾਂ ਹਿੱਸਾ ਜਿਹੜੀ ਆਪਣੀ ਇਮਾਨਦਾਰੀ ਦੀ ਕਮਾਈ ਹੈਗੀ ਆ ਉਹ ਆਪਾਂ ਜਿੱਥੇ ਵੀ ਲੋੜ ਹੈਗੀ ਆ ਉੱਥੇ ਦੇਣੀ ਚਾਹੀਦੀ ਹੈਗੀ। ਜ਼ਰੂਰੀ ਨਹੀਂ ਆਪਾਂ ਨੂੰ ਕਿ ਪੈਸੇ ਦੇਣੇ ਚਾਹੀਦੇ ਹੈਗੇ ਆ, ਆਪਾਂ ਸਿਰਫ ਆਪਣਾ ਟਾਈਮ ਦੇਈਏ, ਜਿੱਦਾਂ ਹੁਣ ਡੈਲੀ ਭੈਣ ਜੀ ਉਹਨਾਂ ਨੇ ਵੀ ਦੱਸਿਆ ਹੈਗਾ, ਆਪਣਾ ਟਾਈਮ ਦੇਵੋ, ਜੋ ਕੁਛ ਵੀ ਤੁਹਾਡੇ ਤੋਂ ਜੋ ਸਰਦਾ ਹੈਗਾ ਤੁਸੀਂ ਕਰੋ, ਹਨਾ। ਇਹ ਪਰ ਆਪਣਾ ਨੂੰ ਆਪਣੇ ਗੁਰੂ ਸਾਹਿਬਾਂ ਨੇ ਦੱਸਿਆ ਹੈਗਾ ਆ ਕਿ ਆਪਾਂ ਨੂੰ ਜ਼ਰੂਰੀ ਹੈਗਾ ਆ ਕਰਨਾ। ਤਾਂ ਇਹ ਜਿਹੜੀ ਬਿਮਾਰੀ ਤੋਂ ਹੈਗੀ ਆ, ਇਹ ਵਰਲਡ ਵਾਈਡ ਹੈਗੀ ਆ, ਇਹ ਏ ਬੋਨ ਹੈਗੀ ਆ, ਤਾਂ ਇਹ ਸਿਰਫ ਇੰਡੀਆ ਦੀ ਪ੍ਰੋਬਲਮ ਨਹੀਂ ਹੈਗੀ, ਇਹ ਸਾਰੇ ਪਾਸੇ ਉਹ ਵਰਲਡ ਵਾਈਡ ਪ੍ਰੋਬਲਮ ਹੈਗੀ ਆ। ਪਰ ਇਸ ਟਾਈਮ ਤੇ ਇਹ ਜ਼ਰੂਰਤ ਹੈਗੀ ਆ ਆਪਾਂ ਨੂੰ ਵੰਡ ਕੇ ਸ਼ਕਨ ਕੋ, ਕਿ ਇੰਡੀਆ ਦੇ ਵਿੱਚ ਜ਼ਿਆਦਾ ਪ੍ਰੋਬਲਮ ਹੈਗੀ ਆ। ਤਾਂ ਆਪਾਂ ਫੋਕਸ ਤਾਂ ਇਸ ਕਰਕੇ ਅੱਜ ਦੇ ਪ੍ਰੋਗਰਾਮ ਤੇ ਕਰ ਰਹੇ ਹੈਗੇ ਆ ਕਿ ਜਿਹੜਾ ਅਕਾਲ ਚੈਰੀਟੇਬਲ ਹੋਸਪਿਟਲ ਹੈਗਾ ਬੋਡੂ ਸਾਹਿਬ ਦੇ ਵਿੱਚ, ਉਹ ਕੋਵਿਡ ਪੇਸ਼ੈਂਟ ਲਈ ਕੀ ਉਹ ਦੇ ਰਹੇ ਹੈਗੇ ਆ। ਉਹਨਾਂ ਨੇ ਹੁਣ ਜਿਹੜਾ ਉਹਨਾਂ ਦੀ 300 ਬੈੱਡ ਸੀਗੀ ਉਹ ਵੀ ਉਹਨਾਂ ਨੇ 600 ਤੇ ਕਰ ਦਿੱਤੀ ਹੈਗੀ, ਜਿੱਦਾਂ ਹੁਣ ਭੈਣ ਜੀ ਉਹਨਾਂ ਨੇ ਦੱਸਿਆ ਹੈਗਾ। ਨਰਸਿੰਗ ਹੋਮ ਉਹਨਾਂ ਨੇ ਕਨਵਰਟ ਕਰ ਦਿੱਤਾ ਜਿੱਥੇ ਉਹ ਨਰਸਿੰਗ ਪੜ੍ਹਦੀਆਂ ਸੀਗੀਆਂ, ਕਿ ਉਹ ਹੁਣ ਉੱਥੇ ਸੇਵਾ ਕਰ ਰਹੀਆਂ, ਉੱਥੇ ਪੇਸ਼ੈਂਟ ਨੂੰ ਲੁੱਕ ਆਫਟਰ ਕਰ ਰਹੀਆਂ ਹੈਗੀਆਂ, ਜਿਹੜੀਆਂ ਕੁਆਲੀਫਾਈਡ ਹੋ ਗਈਆਂ ਹੈਗੀਆਂ, ਆਪਣੀ ਪ੍ਰੈਕਟਿਸਿੰਗ ਉੱਥੇ ਕਰਦੇ ਹੈਗੇ ਆ। ਬਾਕੀ ਉਹ ਆਨਲਾਈਨ ਕਰ ਰਹੇ ਹੈਗੇ ਆ, ਪਰ ਕਰਕੇ ਉੱਥੇ ਇੰਨੀ 60 ਕਿਲੋਮੀਟਰ ਤੇ ਕੋਈ ਹੋਰ ਹੈ ਨੀ ਗਾ ਹੋਸਪਿਟਲ। ਸੋ ਲੋੜ ਹੈਗੀ ਆ, ਗਵਰਨਮੈਂਟ ਨੇ ਵੀ ਅਪਰੂਵ ਕੀਤਾ ਹੈਗਾ ਆ ਕਿ ਚੈਰੀਟੇਬਲ ਹੋਸਪਿਟਲ ਕੋਵਿਡ ਪੇਸ਼ੈਂਟ ਵਾਸਤੇ। ਸੋ ਇਸ ਕਰਕੇ ਹੁਣ 600 ਦੀ ਬੈੱਡ ਹੋ ਗਈ ਹੈ, ਉੱਥੇ ਬਹੁਤ ਜ਼ਰੂਰਤ ਹੈਗੀ ਆ। ਤਾਂ ਆਪਣੇ ਗੁਰੂ ਸਾਹਿਬਾਂ ਦੀ ਆਪਣੀ ਬਾਣੀ ਦੇ ਵਿੱਚ ਵੀ ਦੱਸਿਆ ਹੈਗਾ ਆ ਕਿ ਆਪਾਂ ਨੂੰ ਸੇਵਾ ਆਪਣੇ ਲਈ ਕਿੰਨੀ ਇੰਪੋਰਟੈਂਟ ਹੈਗੀ ਆ। ਆਪਣੇ ਸ਼ਬਦ ਕਹਿੰਦੇ ਹੈਗੇ ਆ, ਵਿੱਚ ਦੁਨੀਆਂ ਸੇਵ ਕਮਾਈਏ ਤਾਂ ਦਰਗੇ ਵੈਸਨ ਪਾਈਏ। ਦੁਨੀਆਂ ਦੇ ਵਿੱਚ ਕਿ ਜੇ ਆਪਾਂ ਪ੍ਰਭ ਦੀ ਸੇਵਾ ਕਰੀਏ, ਸਾਰਿਆਂ ਦੀ ਆਪਾਂ ਜੇ ਸੇਵਾ ਕਰੀਏ, ਹਨਾ, ਤਾਂ ਹੀ ਵੀ ਆਪਾਂ ਨੂੰ ਹਜ਼ੂਰ ਉਸ ਦੀ ਹਜ਼ੂਰ ਦੇ ਵਿੱਚ ਆਪਾਂ ਨੂੰ ਥਾਂ ਮਿਲੂਗਾ ਬੈਠਣ ਵਾਸਤੇ, ਹਨਾ। ਸੋ ਇਸ ਕਰਕੇ ਭੈਣ ਜੀ ਇਟਸ ਰੀਅਲੀ ਇੰਪੋਰਟੈਂਟ ਆਪਾਂ ਸੇਵਾ ਕਰੀਏ, ਆਪਾਂ ਹੈਲਪ ਕਰੀਏ ਜਿੱਥੇ ਵੀ ਲੋੜ ਹੈਗੀ ਆ। ਤਾਂ ਇਸ ਟਾਈਮ ਤੇ ਆ ਕੋਵਿਡ ਕ੍ਰਾਈਸਿਸ ਕਰਕੇ ਸਾਨੂੰ ਲੋੜ ਹੈਗੀ ਆ ਉੱਥੇ ਇੰਡੀਆ ਦੇ ਵਿੱਚ ਚੈਰੀਟੇਬਲ ਹੋਸਪਿਟਲ ਤੇ। ਭੈਣ ਜੀ ਉਹਨਾਂ ਨੇ ਦੱਸਿਆ ਹੈਗਾ ਕਿ ਆਪਾਂ ਕਿੱਦਾਂ ਸੇਵਾ ਕਰ ਸਕਦੇ ਹੈਗੇ ਆ, ਸਕਰੀਨ ਦੇ ਉੱਤੇ ਵੀ ਆਉਂਦਾ ਹੈਗਾ ਨੰਬਰ ਹੈਗਾ, ਤੁਸੀਂ ਕਿੱਦਾਂ ਡੋਨੇਸ਼ਨ ਕਰਨਾ ਚਾਹੁੰਦੇ ਹੈਗੇ ਆ। ਪਰ ਆਪਾਂ ਨੂੰ ਭਾਵੇਂ ਥੋੜ੍ਹੀ ਵੀ ਕਰੀਏ, ਜਿੰਨੀ ਵੀ ਕਰ ਸਕਦੇ ਹੈਗੇ ਆ, ਪਲੀਜ਼ ਜ਼ਰੂਰ ਕਰੀਏ। ਜੇ ਆਪਾਂ ਫਾਈਨੈਂਸ਼ੀਅਲ ਸੇਵਾ ਨਹੀਂ ਕਰ ਸਕਦੇ ਹੈਗੇ, ਆਪਾਂ ਭੈਣ ਜੀ ਉਹਨਾਂ ਨੇ ਦੱਸਿਆ ਕੋਈ ਆਪਾਂ ਓਰਗਨਾਈਜ਼ ਕਰ ਸਕਦੇ ਹੈਗੇ, ਵੋਕ ਕੋਈ ਓਰਗਨਾਈਜ਼ ਕਰ ਸਕਦੇ ਹੈਗੇ ਆ, ਹੋਰ ਕੋਈ ਵੀ ਦਿਸ ਲੋਟਸ ਆਫ ਅਦਰ ਥਿੰਗਸ ਵੀ ਕੈਨ ਡੂ, ਆਪਾਂ ਜੁਆਇੰਟਲੀ ਕਰ ਸਕਦੇ ਹੈਗੇ। ਪਰ ਮੇਰੀ ਇਹ ਬੇਨਤੀ ਹੈਗੀ ਆ ਸੰਗਤਾਂ ਨੂੰ ਕਿ ਪਲੀਜ਼ ਜਿੰਨਾ ਵੀ ਥੋਤੋਂ ਕਰ ਹੋ ਸਕਦਾ ਹੈਗਾ ਪਲੀਜ਼ ਕਰੋ। ਬਾਕੀ ਆਪਾਂ ਇਹ ਅਰਦਾਸ ਕਰੀਏ ਕਿ ਜਿਹੜੀ ਪ੍ਰੋਬਲਮ ਆਪਾਂ ਨੂੰ ਸਾਰਿਆਂ ਨੂੰ ਆਈ ਹੋਈ ਹੈਗੀ ਆ, ਇਹ ਜਲਦੀ ਤੋਂ ਜਲਦੀ ਸਿਚੁਏਸ਼ਨ ਆਪਣੇ ਸਾਰਿਆਂ ਲਈ ਇੰਪਰੂਵ ਹੋ ਜਾਵੇ। ਹਾਂਜੀ ਭੈਣ ਜੀ, ਤਾਂ ਜਿੱਦਾਂ ਆਪਾਂ ਸੰਗਤ ਜੀ ਨੂੰ ਆਪਾਂ ਗੱਲ ਕਰ ਰਹੇ ਹੈਗੇ ਆ, ਬਈ ਜੇ ਆਪਾਂ ਇਹੀ ਸੋਚੀਏ ਬਈ ਇੰਡੀਆ ਦੇ ਵਿੱਚ ਹੋ ਰਿਹਾ ਆ, ਇੱਥੇ ਨਹੀਂ ਹੋ ਰਿਹਾ, ਪਰ ਇਹ ਬਿਮਾਰੀ ਜਿਹੜਾ ਉਹ ਵੇਰੀਐਂਟ ਇੱਥੇ ਵੀ ਆ ਚੁੱਕਾ ਹੈਗਾ ਆ,
ਸੋ 4000 ਉੱਤੇ ਕੇਸ ਹੋ ਗਿਆ ਤਾਂ ਹੱਲੇ ਵੀ ਵਧੇ ਜਾਂਦੇ ਆ ਤਾਂ ਸੰਗਤ ਜੀ ਨੂੰ ਅਸੀਂ ਬੇਨਤੀ ਕਰਦੇ ਹੈਗੇ ਆ ਵੀ ਇਹ ਜ਼ਰੂਰੀ ਸੇਵਾ ਹੈਗੀ ਆ ਜਿੱਦਾਂ ਭੈਣ ਜੀ ਨੇ ਦੱਸਿਆ ਕਿ ਉੱਥੇ ਲੋੜ ਹੈਗੀ ਆ ਤਾਂ ਗੁਰੂ ਕਾ ਹੁਕਮ ਹੈਗਾ ਆ ਜਿੱਥੇ ਲੋੜ ਹੈਗੀ ਆ ਉੱਥੇ ਅਸੀਂ ਦਸਵਾਂ ਦਈਏ ਹਾਂਜੀ ਭੈਣ ਜੀ ਨਾਲੇ ਹੁਣ ਆਪਾਂ ਇੰਗਲੈਂਡ ਦੇ ਵਿੱਚ ਵਿੱਚ ਬੈਠੇ ਹੈਗੇ ਆ ਸਾਡੇ ਤੇ ਹਰ ਸਹੂਲਤਾਂ ਇੱਥੇ ਹੈਗੀਆਂ ਹਸਪੀਟਲਾਂ ਹੈਗੀਆਂ ਸਾਫ਼ ਸੁਥਰੇ ਹੈਗੇ ਜੇ ਆਪਾਂ ਐਂਬੂਲੈਂਸ ਨੂੰ ਫੋਨ ਕਰੀਏ ਉਸੇ ਵੇਲੇ ਐਂਬੂਲੈਂਸ ਆ ਜੂਗੀ ਇਹ ਜਿਹੜੀਆਂ ਸਹੂਲਤਾਂ ਉੱਥੇ ਇੰਡੀਆ ਦੇ ਵਿੱਚ ਉੱਥੇ ਨਹੀਂ ਹੈਗੀਆਂ ਨਹੀਂ ਹੈਗੀਆਂ ਸਾਨੂੰ ਪਤਾ ਹੈਗਾ ਜਦੋਂ ਅਸੀਂ ਸਾਨੂੰ ਜਿੱਦਾਂ ਖਬਰਾਂ ਸੁਣ ਰਹੇ ਆ ਜਦੋਂ ਤੁਸੀਂ ਦਿੱਲੀ ਦੇ ਵਿੱਚ ਹੈਗੇ ਆ ਜੋ ਤੁਸੀਂ ਆਕਸੀਜਨ ਤੁਹਾਨੂੰ ਚਾਹੀਦਾ 10,000 ਰੁਪਈਆ ਹੈਗਾ ਆ ਤਾਂ ਇਹ ਜੀ ਕਮਾਈ ਕੌਣ ਕਰੂਗਾ ਜੇ ਜੇ ਕੋ ਇਹ ਜੇ ਜਿੱਦਾਂ ਬਿਮਾਰੀ ਵਾਸਤੇ ਜਾਂ ਇਲਾਜ ਵਾਸਤੇ ਪੈਸੇ ਹੋਊਗੇ ਜਿਹੜਾ ਆਪਣੇ ਆਪ ਨੂੰ ਦੇਖਭਾਲ ਕਰੂਗੇ ਇਸ ਟਾਈਮ ਦੇ ਵਿੱਚ ਬਹੁਤ ਹਨੇਰੀ ਉੱਥੇ ਹੈਗੀ ਆ ਤਾਂ ਸਾਡੀ ਸੰਗਤ ਜੀ ਸਾਨੂੰ ਜ਼ਰੂਰੀ 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 ਸਾਨੂੰ ਛੇਤੀ ਛੇਤੀ ਹੈ ਨਾ ਸੇਵਾ ਕਰਨ ਤੁਸੀਂ ਬੇਨਤੀ ਕਰ ਰਹੇ ਹੈਗੇ ਵੀ ਤੁਸੀਂ ਅਸੀਂ ਸੇਵਾ ਕਰੀਏ ਤਾਂ ਦਸਵਾਂ ਉੱਥੇ ਭੇਜੀਏ ਉਸ ਤੋਂ ਬਗੈਰ ਕੋਈ ਕੰਮ ਨਹੀਂ ਚੱਲ ਰਿਹਾ ਹੈਗਾ ਤਾਂ ਸਾਡਾ ਸਾਰਿਆਂ ਦਾ ਫਰਜ਼ ਬਣਦਾ ਹੈਗਾ ਹਾਂਜੀ ਭੈਣ ਜੀ ਸਤਸੰਗ ਜੀ There are so much seva that Sikhs are doing in the COVID situation. Dali Benji ne dasya hai ga ve is time de vich ohne 100 mile walk kita siga sponsorship swan raise karn vaste. So COVID situation de vich this hospital ajri a call charitable trust hospital is at the front line. So benti hagi sangat ji swan ਤੁਸੀਂ ਪ੍ਰੋਵਾਈਡ ਕਰੋ ਤਾਂ ਉਹਦੇ ਨਾਲ ਅਸੀਂ ਸਾਡੇ ਭੈਣ ਭਰਾ ਇੰਡੀਆ ਦੇ ਵਿੱਚ ਉਹਨਾਂ ਦੀਆਂ ਜਾਨਾਂ ਬਚਾ ਸਕਦੇ ਹੈਗੇ ਆ ਡੀਟੇਲਸ ਆਰ ਔਨ ਦ ਸਕਰੀਨ ਆਫ ਹਾਊ ਯੂ ਕੈਨ ਸਪੋਰਟ ਦ ਹਸਪੀਟਲ ਯੂ ਕੈਨ ਕਾਲ ਦ ਸੇਵਾਦਾਰ ਹੂ ਵਿਲ ਹੈਲਪ ਯੂ ਟੂ ਮੇਕ ਯੂਰ ਡੋਨੇਸ਼ਨ ਵੀ ਕੈਨੋਟ ਥਿੰਕ ਦੈਟ ਦੇ ਆਰ ਸਾਡੀ ਨਹੀਂ ਪ੍ਰੋਬਲਮ ਆ ਸਾਨੂੰ ਨਹੀਂ ਹੋ ਰਿਹਾ ਇਹ ਸਾਰੀ ਦੁਨੀਆ ਨੂੰ ਹੋ ਰਿਹਾ ਹੈਗਾ ਐਂਡ ਇਟਸ ਹੈਪਨਿੰਗ ਹੇਅਰ ਇਟਸ ਹੈਪਨਿੰਗ ਓਵਰ ਦੇਅਰ ਇਟਸ ਹੈਪਨਿੰਗ ਓਵਰ ਦੇਅਰ ਐਂਡ ਇਟਸ ਸਪਰੈਡਿੰਗ ਐਟ ਅਨ ਅਲਾਰਮਿੰਗ ਰੇਟ ਦਿਸ ਇਜ਼ ਅ ਗਲੋਬਲ ਇਸ਼ੂ ਤਾਂ ਜੇ ਆਪਾਂ ਸਾਰੇ ਇਕੱਠੇ ਹੋ ਕੇ ਕਲੈਕਟਿਵਲੀ ਆਪਾਂ ਜਿੱਦਾਂ ਦੇਖੀਏ ਵੀ ਆਪਾਂ ਕਿੱਦਾਂ ਇਰੈਡੀਕੇਟ ਕਰ ਸਕਦੇ ਪ੍ਰੋਬਲਮ ਤਾਂ ਹੀ ਸਾਡਾ ਫੈਸਲਾ ਹੋਊਗਾ ਸੋ ਐਟ ਦ ਹੋਸਪਿਟਲ ਦੇ ਨੀਡ ਵੈਕਸੀਨੇਸ਼ਨ ਦੇ ਨੀਡ ਆਕਸੀਜਨ ਦੇ ਨੀਡ ਮੈਡੀਕੇਸ਼ਨ ਸੋਚਣ ਦੇ ਨਾਲ ਸ਼ਾਇਦ ਕੋਵਿਡ ਬਿਮਾਰੀ ਜਾ ਸਕਦੀ ਹੈਗੀ ਆ So here in the UK, we have a vaccination program. We're following the COVID protocols and there have been lockdowns. These government facilities are not available to Sadipan for India. They were Ajuniya Suhulta Uthehani. So Sangaji, in the last program, Bishli program, the Bech Asi Kalkita Trusti Gal Kittisi about how Akal academies are providing opportunities, Sangat Vaste Punjabi Sikhanle, 19 ਜੁਲਾਈ ਤੋਂ 27th ਆਫ ਅਗਸਤ ਤੱਕ ਕਲਾਸਾਂ ਲੱਗ ਰਹੀਆਂ ਤਾਂ ਡੈਲੀ ਭੈਣ ਜੀ ਵਾਟ ਵੁੱਡ ਯੂ ਲਾਈਕ ਟੂ ਸੇ ਟੂ ਦ ਸੰਗਤ ਐਟ ਹੋਮ ਹੂ ਆਰ ਵਾਚਿੰਗ ਅਬਾਊਟ ਦਿਸ ਓਪਰਚੁਨਿਟੀ ਹਾਂਜੀ ਭੈਣ ਜੀ ਦਿਸ ਇਜ਼ ਸਮ ਨਾਈਸ ਗੁੱਡ ਨਿਊਜ਼ ਇਟਸ ਐਕਸਾਈਟਿੰਗ ਯੂ ਨੋ ਵੀ ਨੀਡ ਸਮ ਐਕਸਾਈਟਿੰਗ ਨਾਈਸ ਨਿਊਜ਼ ਐਂਡ ਐਸ ਯੂ ਸੈਡ ਲਾਈਕ ਦ ਕਲਕੀਤਾ ਟ੍ਰਸਟ ਆਰ ਪ੍ਰੋਵਾਈਡਿੰਗ ਦਿਸ ਰੀਲੀ ਗੁੱਡ program initiative to learn Punjabi, to learn and speak and write Punjabi, which is amazing. And it's open for children and families and students in the UK and Europe. And it will be home-based online Punjabi classes, which is amazing. Like, where would we ever get that? That is absolutely brilliant. And the teachers from Bodhisattva will be teaching these classes, so that's amazing. And obviously these teachers are really well educated. They are linked to Cambridge University in the UK, so they're qualified at a really, really high level. And as you said, Benji, they're taking place from the 19th of July to the 27th of August between 3 and 4 p.m. Monday to Friday. And this is an amazing opportunity, like a lifetime opportunity to learn Punjabi. The classes are free and they're from these excellent teachers as well. So I'd say to the Sangha, please give yourself this gift for you and your family to be able to read and write Punjabi during the summer holidays. And it's a great way for your children to be involved in like an educational program over the summer, and even adults as well if they want to. I will be joining as well because this is a fantastic opportunity, Benji. Why would we want to miss it? So yeah, please join up. There's not much time left now. July will be
sort of around the corner, so please join and you know you will absolutely love it. So Benji, and also the classes are for beginners and there's for intermediates and also people who are just looking to improve as well. So sare stage of vaste hai gaya. If you're new Sangaji to learning Punjabi, you don't know what how or when, or you've always been hoping to learn Punjabi, here's a gift, as Benji has said. Here's the opportunity. It follows COVID protocols. It's all done at home. It's done so that you can all participate together. So, you know, parents can sit with their children. It's over the summer holidays. So why not? Banji Benji, what would you say to the Sangat about learning Marbodi? Benji, apa nu hun apni identity nahi bhulani chahiye, apni pehchan tahi rahegi je apa Punjabi sikhange. So it's really important to learn our Maa Boli. And the only way to do that is, Benji, by joining the session, this 6-week course. Naale naale apan apne aap nu educate karange, apne bachiyan nu karange. Tuhan tusi vi dassiya hai ga, par registration, we've had over 200 registrations already. ਆਪਾਂ ਕੋਲ 70-year-old ਵੀ 70-75 ਸਾਲ ਦੇ ਵੀ ਰਜਿਸਟ੍ਰੇਸ਼ਨਸ ਆ ਗਏ ਹੈਗੇ ਤਾਂ ਯੰਗ 7-8 ਸਾਲ ਦੇ ਵੀ ਆ ਗਏ ਹੈਗੇ ਸੋ ਓਲਡ ਏਜ ਗਰੁੱਪਸ ਨੂੰ ਓਪਨ ਹੈਗਾ ਆ ਤਾਂ ਇਹ ਬਹੁਤ ਹੀ ਜ਼ਰੂਰੀ ਹੈਗਾ ਆ ਕਿ ਆਪਾਂ ਆਪਣੀ ਮਾਂ ਬੋਲੀ ਨੂੰ ਵਧਾਈਏ ਨਾਲ ਆਪਾਂ ਹੁਣ ਦੇਖੀਦਾ ਹੈਗਾ ਇੰਡੀਆ ਦੇ ਵਿੱਚ ਉੱਥੇ ਪੰਜਾਬੀ ਤਾਂ ਸਿਖਾਉਂਦੇ ਨਹੀਂ ਹੈਗੇ ਹਿੰਦੀ ਸਿਖਾਉਂਦੇ ਹੈਗੇ ਆ ਜ਼ਿਆਦਾ ਕਰਕੇ ਇੰਗਲਿਸ਼ ਸਕੂਲੇ ਜਾਂਦੇ ਹੈਗੇ ਆ ਇੱਥੇ ਇੰਗਲੈਂਡ ਦੇ ਵਿੱਚ ਪੰਜਾਬੀ ਸਕੂਲਾਂ ਦੇ ਵਿੱਚ ਪੰਜਾਬੀ ਸਿਖਾਉਂਦੇ ਹੈਗੇ ਆ ਪਰ ਜ਼ਿਆਦਾ ਕਰਕੇ ਨਿਆਣੇ ਕਈ ਜਾਂਦੇ ਕਈ ਨਹੀਂ ਜਾਂਦੇ ਹੈਗੇ ਐਂਡ ਦਿਸ ਇਜ਼ ਐਨ ਓਪਰਚੁਨਿਟੀ ਕਿ ਸਿਰਫ 6 weeks ਦੇ ਵਿੱਚ 6 ਵੀਕਾਂ ਦੇ ਵਿੱਚ ਨਿਆਣਿਆਂ ਨੇ ਲਰਨ ਕਰ ਲੈਣਾ ਹੈਗਾ ਆ ਸੋ ਇਸ ਕਰਕੇ ਇਹ ਬਹੁਤ ਹੀ ਜ਼ਰੂਰੀ ਹੈਗਾ ਕਿ ਆਪਾਂ ਆਪਣੀ ਮਾਂ ਬੋਲੀ ਸਿਖਾਲੀਏ ਸਿੱਖੀਏ ਜਿਹੜੀ ਓਪਰਚੁਨਿਟੀ ਹੈਗੀ ਆਪਾਂ ਟੇਕ ਅਪ ਕਰੀਏ ਜੀ ਜਿੱਦਾਂ ਤੁਸੀਂ ਕਿਹਾ ਹੈ ਜਦੋਂ ਸਕੂਲਾਂ ਦੇ ਵਿੱਚ ਜਿੱਦਾਂ ਜੇ ਸਕੂਲ ਦੇ ਵਿੱਚ ਹੋਵੇ ਤਾਂ ਉਹਨੂੰ ਆਪਸ਼ਨ ਕਹਿ ਰਹੇ ਆ ਲੈਂਗੁਏਜ ਨੂੰ ਜੇ ਦੇ ਆਪਸ਼ਨ ਹੈਗੀ ਵੀ ਤੁਸੀਂ ਫ੍ਰੈਂਚ ਲਰਨ ਕਰ ਲਓ ਜਰਮ ਸਪੈਨਿਸ਼ ਜਾਂ ਜਰਮਨ ਪੰਜਾਬੀ ਹਰ ਵੇਲੇ ਆਫਰ ਨਹੀਂ ਹੁੰਦੀ ਤਾਂ ਕਈਆਂ ਨੂੰ ਜਿੱਦਾਂ ਹੁਣ ਜਦੋਂ ਮੈਂ ਸਿੱਖਦੀ ਸੀ ਮੈਂ ਗੁਰਦੁਆਰੇ ਨੂੰ ਜਾ ਕੇ ਸਿੱਖਦੀ ਸੀਗੀ ਪੰਜਾਬੀ ਪਰ ਇਹ ਮੌਕਾ ਹੈਗਾ ਸੰਗਤ ਵਾਸਤੇ ਵੀ ਆਪਾਂ ਜਿੱਦਾਂ ਘਰੋਂ ਆਨਲਾਈਨ ਸਿੱਖ ਸਕਦੇ ਹੈਗੇ ਆ ਤਾਂ ਇਟਸ ਲਾਈਕ ਫੰਡਾਮੈਂਟਲ ਪ੍ਰੋਗਰਾਮ ਐਂਡ ਇਟਸ ਸੋਰਟ ਆਫ ਸਟਰਕਚਰਡ ਸੋ ਦੈਟ Everybody can participate. The Benji, you see, guys, again, the Baru Sahib, you see, they see, the Punjabi class, or the prom, they see, Benji. ਹਾਂਜੀ ਭੈਣ ਜੀ ਅਸੀਂ ਗਏ ਸੀ ਪਰ ਅਸੀਂ ਬਹੁਤ ਥੋੜੇ ਦਿਨਾਂ ਵਾਸਤੇ ਗਏ ਸੀਗੇ ਪਰ ਉੱਥੋਂ ਜਿਹੜੀ ਫੀਡਬੈਕ ਸੀ ਤਾਂ ਕਰਕੇ ਮੈਂ ਬੜੂ ਸਾਹਿਬ ਨੂੰ ਗਈ ਸੀਗੀ ਕਿ ਫੀਡਬੈਕ ਬਹੁਤ ਪੋਜ਼ਿਟਿਵ ਸੀਗੀ ਜਿਹੜੇ 6 ਵੀਕਾਂ ਲਈ ਗਏ ਸੀਗੇ ਉਹ ਉਸ ਟਾਈਮ ਤੇ ਗਏ ਸੀ ਉੱਥੇ ਤੇ ਉਹਨਾਂ ਨੂੰ ਕੋਈ ਪੰਜਾਬੀ ਨਹੀਂ ਆਉਂਦੀ ਸੀ ਨਾ ਬੋਲਣੀ ਨਾ ਪੜ੍ਹਨੀ ਤਾਂ ਉੱਥੇ 6 ਵੀਕਸ ਜਾ ਕੇ ਰਹਿ ਕੇ ਉਹਨਾਂ ਨੇ ਜਦੋਂ ਉੱਥੋਂ ਆਏ ਉਹਨਾਂ ਨੂੰ ਬੋਲਣੀ ਵੀ ਆਉਂਦੀ ਸੀ ਸਮਝਣੀ ਵੀ ਆਉਂਦੀ ਸੀ ਤਾਂ ਲਿਖਣੀ ਵੀ ਆਉਂਦੀ ਸੀਗੀ So it's going to be a really great opportunity ਜਿਹੜੀ ਆਪਾਂ ਨੂੰ ਇਹ ਮਿਲ ਰਹੀ ਹੈਗੀ ਆ ਤਾਂ ਆਪਾਂ ਨੂੰ ਪਲੀਜ਼ ਰਜਿਸਟ੍ਰੇਸ਼ਨਸ ਹੁਣ ਖੁੱਲੀਆਂ ਹੈਗੀਆਂ ਆ ਓਪਨ ਹੈਗੀਆਂ 15 ਜੂਨ ਤਾਈਂ ਉਸ ਤੋਂ ਬਾਅਦ ਫਿਰ ਗਰੁੱਪਿੰਗਸ ਕਰਨ ਲੱਗ ਪੈਣੀ ਹੈਗੀ ਆ ਤਾਂ ਫਿਰ ਜੁਲਾਈ ਦੇ ਵਿੱਚ ਇਹ ਪ੍ਰੋਗਰਾਮ ਸਟਾਰਟ ਹੋ ਜਾਣਾ ਹੈਗਾ ਸੋ ਸੰਗਤ ਜੀ ਓਪਰਚੁਨਿਟੀ ਹੈਗਾ ਮੌਕਾ ਹੈਗਾ ਤੁਹਾਡੇ ਵਾਸਤੇ ਪੰਜਾਬੀ ਸਿੱਖਣਾ ਤੁਸੀਂ ਤੁਸੀਂ ਟੇਕ ਐਡਵਾਂਟੇਜ ਤੁਸੀਂ ਜ਼ਰੂਰ ਰਜਿਸਟ੍ਰੇਸ਼ਨ ਆਪਣਾ ਕਰੋ ਡਿਟੇਲ ਸਕਰੀਨ ਪਰ ਆ ਰਹੇ ਹੈਗੇ ਆ ਪਲੀਜ਼ ਡੂ ਜੁਆਇਨ ਆਰ ਓਪਰਚੁਨਿਟੀ ਹੈਗਾ ਗਿਫਟ ਹੈਗਾ ਗੁਰੂ ਅੰਤੋ ਸਾਨੂੰ ਸੋ ਟੂਡੇ ਵੀ ਸੈਲੀਬ੍ਰੇਟਿਡ ਦ ਪ੍ਰਕਾਸ਼ ਪੁਰਬ ਸ਼੍ਰੀ ਗੁਰੂ ਅਮਰਦਾਸ ਜੀ ਜਿਹੜਾ ਤੀਜਾ ਪਾਤਸ਼ਾਹ ਗੁਰੂ ਸਾਹਿਬ ਜੀ ਐਸ ਵੈਲ ਐਸ ਵੀ ਸਪੋਕ ਅਬਾਊਟ ਦ ਕੋਵਿਡ ਇਸ਼ੂਜ਼ ਇਨ ਇੰਡੀਆ And we request the Sangha to come forward to support the Akal Charitable Hospital. Details are on the screen. So, Benti hai, Guru da hukam hai, Vand ke shukal, da apa sare ahe moke de bech apa help kariye, sa os diswant tu bagar, uthe koi kam nahi chal raha, unan da lor hegi ya, ਸਾਨੂੰ ਸਿੱਖ ਹੁੰਦੇ ਹੋਏ ਜੋ ਸਾਨੂੰ ਗੁਰੂ ਦਾ ਹੁਕਮ ਹੈਗਾ ਆ ਵੇ ਦਸਵਾਨ ਦੇਣ ਵਾਸਤੇ ਅਸੀਂ ਪੂਰਾ ਕਰੀਏ ਵੀ ਕੈਨ ਨਾਟ ਇਗਨੋਰ ਦ ਪੀਪਲ ਹੂ ਆਰ ਡਾਈਨ ਇਨ ਇੰਡੀਆ ਆਰ ਇੰਡੀਆ ਫੈਮਿਲੀ ਨੀਡਸ ਆਰ ਹੈਲਪ ਸੋ ਪਲੀਜ਼ ਕਮ ਫੋਰਵਰਡ ਐਂਡ ਹੈਲਪ ਦਿਸ ਇਜ਼ ਅ ਰੀਅਲੀ ਡਿਫੀਕਲਟ ਟਾਈਮ ਆਪਾਂ ਦੇਖ ਰਹੇ ਹਾਂ ਖਬਰਾਂ ਸੁਣ ਰਹੇ ਹੈਗੇ ਆ ਉੱਥੇ ਬਹੁਤ ਲੋਕੀ ਮਰਦੇ ਹੈਗੇ ਆ ਤਾਂ ਜਿਹੜੇ ਆਖਰੀ ਸੰਸਕਾਰ ਦੇਣ ਵਾਲਾ ਹੈਗਾ ਕਈਆਂ ਨੂੰ ਉਹ ਵੀ ਨਹੀਂ ਮਿਲ ਰਿਹਾ ਤਾਂ ਲਾਸ਼ਾਂ ਬੋਡੀਜ਼
ਗੰਗਾ ਦੇ ਵਿੱਚ ਸਿੱਟੀਆਂ ਗਈਆਂ ਹੈਗੀਆਂ ਆ ਤਾਂ ਸੰਗਤ ਜੀ ਉੱਥੇ ਬਹੁਤ ਬਹੁਤ ਭੈੜੇ ਖਿਆਲ ਹਲਿਆਰ ਹੈਗੇ ਆ ਦੇ ਨੀਡ ਹੈਲਪ ਦੇ ਨੀਡ ਆਰ ਹੈਲਪ ਸੋ ਪਲੀਜ਼ ਕਮ ਫੋਰਵਰਡ ਥੈਂਕ ਯੂ ਫੋਰ ਜੁਆਇਨਿੰਗ ਅਸ ਟੁਡੇ ਮੇਰੇ ਵੱਲੋਂ ਤਾਂ ਸਾਰੇ ਪੈਂਜੀਆਂ ਮੇਰੇ ਵੱਲੋਂ ਸੇਵਾਦਾਰਾਂ ਵੱਲੋਂ ਸਾਡਾ ਭੁੱਲ ਚੁੱਕ ਮਾਫ ਕਰਨਾ ਤਾਂ ਅਸੀਂ ਆਉਂਦੇ ਸ਼ੋਅ ਦੇ ਵਿੱਚ ਆਪਾਂ ਫਿਰ ਮਿਲਾਂਗੇ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ